ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਨਾ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਉਹ ਵਿਦਵਾਨ ਡਾਕਟਰ ਪਿਆਰਾ لال ਗਰਕ ਮੌਜੂਦ ਨੇ ਬਿਹਦਾਇਮ ਮੁੱਦੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਜੀ ਜੀ ਡਾਕਟਰ ਸਰਮ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਕੇਂਦਰੀ ਲੈਵਲ ਤੇ ਵੇਖੀਏ ਤਾਂ ਰਾਸ਼ਟਰੀ ਸਿੱਖ ਸੰਗਤ ਇਧਰ ਪੰਜਾਬ ਚ ਜਥੇਦਾਰ ਸਹਿਬਾਨ ਨੂੰ ਚਿੱਠੀਆਂ ਦੇ ਰਹੇ ਨੇ ਜਾਂ ਹੋਰ ਸਿੱਖ ਵਿਦਵਾਨਾਂ ਤੱਕ ਵੀ ਇਹ ਕਹਿੰਦੇ ਪਹੁੰਚ ਕੀਤੀ ਜਾ ਰਹੀ ਹੈ ਉੱਪਰ ਆਰਐਸਐਸ ਲੱਗੀ ਹੈ ਬਾਲੀਵੁੱਡ ਤੱਕ ਪਹੁੰਚ ਕੀਤੀ ਜਾ ਰਹੀ ਹੈ तमाम ਸਿਆਸੀ ਪਾਰਟੀਆਂ ਨੂੰ ਸਦੇ ਪੱਤਰ ਉਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਦੇ ਹਮਕਿਆਲੀ ਨੇ ਉਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਨਾਲ ਨਾਲ ਰਿਐਕਸ਼ਨ ਵੀ ਸਾਹਮਣੇ ਆ ਰਹੇ ਨੇ ਕਿ ਕੋਈ ਇਹਦੇ ਬਾਰੇ ਕੀ ਸੋਚਦਾ ਹੈ ਖਾਸ ਕਰ ਜਿਹੜਾ ਜੱਜਦਰ ਸਾਹਿਬ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਕੁਝ ਸਿੱਖ ਵਿਦਵਾਨਾਂ ਵੱਲੋਂ ਅੱਗੇ ਜੀ ਤੁਹਾਨੂੰ ਜਿਹੜਾ ਉਹ ਰਾਮ ਮੰਦਰ ਦੇ ਉੱਤੇ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿ ਸਿੱਖ ਜਿਹੜਾ ਭਾਈਚਾਰਾ ਹੈ ਉਹਨਾਂ ਨੂੰ ਇਹਦੇ ਵਿੱਚ ਕਿਸ ਤਰ੍ਹਾਂ ਦੀ ਸ਼ਮੂਲੀਅਤ ਰੱਖਣੀ ਚਾਹੀਦੀ ਹੈ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਇਦਰਾ ਆਵਾਜ਼ਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੂੰ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਨਾਲੋਂ ਨਾਲ ਆਪਣਾ ਜਿਵੇਂ ਹਨੁਮਾਨ ਚਾਲੀਸਾ ਕਹਿੰਦੇ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਅਸੀਂ ਕਲਿਆ ਕਰਿਆ ਕਰਾਂਗੇ ਉਹਦੀ ਸ਼ੁਰੂਆਤ ਉਹਨਾਂ ਨੇ ਅੱਜ ਤੋਂ ਕੀਤੀ ਹੈ ਇਹ ਸਾਰਾ ਕੁਝ ਨਾਲੋਂ ਨਾਲ ਚੱਲ ਰਿਹਾ ਜੇ ਅਸੀਂ ਮਤਲਬ ਕਿ ਉਹ ਸਿਆਸਤ ਨੂੰ ਵੇਖੇ ਜਿਹੜੀ ਜਿਹਨੂੰ ਕਹਿੰਦੇ ਕਿ ਧਰਮ ਨਿਰਪੱਖ ਹੋ ਕੇ ਸਿਆਸਤ ਕਰਨਾ ਕਿ ਤੁਸੀਂ ਜਿਵੇਂ ਮਮਤਾ ਬਿਨਰਜੀ ਨੇ ਕਿਹਾ ਕਿ ਮੈਂ 22 ਜਨਵਰੀ ਨੂੰ ਜਿਸ ਦਿਨ ਇਹਨਾਂ ਨੇ ਰਾਮ ਮੰਦਰ ਦਾ ਸਮਾਰੋਹ ਕਰਨਾ ਉਸ ਦਿਨ ਮੈਂ ਹਰੇਕ ਮੰਦਰ ਮਸਜਿਦ ਚਰਚ ਗੁਰੂ ਘਰ ਉੱਥੇ ਜਾ ਕੇ ਮੈਂ ਤਮਸਤਕ ਹੋਵਾਂਗੀ ਕਾਂਗਰਸ ਆਪਣੇ ਤਰੀਕੇ ਨਾਲ ਇੰਟਰਪ੍ਰੀਟ ਕਰ ਰਹੀ ਹੈ ਉਹ ਕਹਿੰਦੇ ਕਿ ਅਸੀਂ ਉੱਥੇ ਨਹੀਂ ਜਾਵਾਂਗੇ ਉਹ ਆਪਣੇ ਤਰੀਕੇ ਨਾਲ ਇਹ ਸੀ ਇਵੈਂਟ ਨੂੰ ਵੇਖਣਗੇ ਜਾਂ ਉਹਨਾਂ ਦੇ ਵਿੱਚ ਉਸ ਤਰੀਕੇ ਦੀ ਚਰਚਾ ਚੱਲ ਰਹੀ ਹੈ ਆਮ ਆਦਮੀ ਪਾਰਟੀ ਆਪਣੇ ਢੰਗ ਦੇ ਨਾਲ ਚੱਲ ਰਹੀ ਹੈ ਮੈਂ ਆਮ ਆਦਮੀ ਪਾਰਟੀ ਤੋਂ ਤਾਂ ਸ਼ੁਰੂ ਕਰਨਾ ਚਾਹਉਂਦਾ ਕਿਉਂਕਿ ਇਹ ਕਹਿੰਦੇ ਕਿ ਅਸੀਂ ਧਰਮ ਤੇ ਆਧਾਰਿਤ ਸਿਆਸਤ ਨਹੀਂ ਕਰਦੇ ਪੰਜਾਬ ਦੇ ਵਿੱਚੋਂ ਉਸੇ ਢੰਗ ਨਾਲ ਜਿਵੇਂ ਪਿਛਲੇ ਚੱਲਦੇ ਸੀ ਕਿ ਤੀਰਥ ਯਾਤਰਾ ਕਰਾ ਦਿਓ ਹੁਣ ਹੋ ਸਕਦਾ ਹੈ ਕਿ ਤੇ ਰਾਮ ਮੰਦਰ ਵੱਲ ਨੂੰ ਵੀ ਇਹ ਵਧਾ ਦਿੱਤੀ ਉਸ ਪਾਸੇ ਵੱਲ ਨੂੰ ਵੀ ਲੈ ਕੇ जाया ਜਾਏਗਾ ਚੰਗੀ ਗੱਲ ਹੈ ਕਿ ਤੁਸੀਂ ਲੋਕਾਂ ਨੂੰ ਦਰਸ਼ਨ ਕਰਾ ਰਹੇ ਹੋ ਪਰ ਜਦੋਂ ਉਹ ਸਿਆਸੀ ਮੋਟਿਵ ਲਈ ਹੁੰਦਾ ਜਦੋਂ ਤੁਸੀਂ ਹਰਮਾਨ ਚਲੀਸਾ ਦੀ ਗੱਲ ਕਰਦੇ ਹੋ ਜਾਂ ਇੱਕ ਹੋਰ ਪਾਠ ਜਿਹੜਾ ਉੱਥੇ ਕਰਵਾਇਆ ਜਾਣਾ ਹੈ ਇਹਦਾ ਕੀ ਮਤਲਬ ਸਮਝਿਆ ਜਾਵੇ ਉਹਨਾਂ ਦੀ ਅਹਿਮੀਅਤ ਕੀ ਹੈ ਸਿਆਸਤ ਦੇ ਵਿੱਚ ਕੀ ਅਹਿਮੀਅਤ ਹੈ ਇੱਕ ਨਿੱਜੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ ਇੱਕ ਹਿੰਦੂ ਧਰਮ ਦੇ ਵਿੱਚ ਕੀ ਅਹਿਮੀਅਤ ਹੈ ਜਾਂ ਬਾਕੀ ਧਰਮਾਂ ਦੇ ਲਈ ਉਹਦੀ ਕੀ ਅਹਿਮੀਅਤ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਕਿ ਜਦੋਂ ਤੁਸੀਂ ਹਰੇਕ ਫਿਰਕੇ ਦੀ ਵੋਟ ਲੈਣੀ ਹੈ ਫਿਰ ਤੁਸੀਂ ਕੀ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਬੰਦਰ ਜੀ ਜਿਹੜਾ ਧਰਮ ਹੈ ਉਹ ਜਦ ਸਿਆਸਤ ਦੇ ਵਾਸਤੇ ਵਰਤਿਆ ਜਾਵੇ ਨਾਉ ਨਾ ਧਰਮ ਰੰਗ ਦਾ ਤੇ ਨਾਉ ਸਿਆਸਤ ਸਿਆਸਤ ਰੰਗ ਦਾ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਇਹ ਨਹੀਂ ਕੋਈ ਜਿੰਨੇ ਵੱਡੇ ਵੱਡੇ ਧਾਰਮਿਕ ਮਹਾਤਮਾ ਗਾਂਧੀ ਹਰ ਜੀਵ ਤਦਰ ਪੜ ਕਰਦੇ ਰਹਿੰਦੇ ਸੀ ਬਿਰਲਾ ਮੰਦਰ ਕੀ ਰਹਿੰਦੇ ਸੀ ਪਰ ਉਹਨਾਂ ਨੇ ਕਦੇ ਧਰਮ ਨੂੰ ਉਸ ਤਰੀਕੇ ਨਾਲ ਸਿਆਸਤ ਵਾਸਤੇ ਨਹੀਂ ਵਰਤਿਆ ਸੀ ਜਿਵੇਂ ਇਹ ਵਰਤਦੇ ਨੇ ਅੰਗਰੇਜ਼ ਨੇ ਜਰੂਰ ਧਰਮ ਨੂੰ ਵਰਤਿਆ ਸੀ ਸਿਆਸਤ ਵਾਸਤੇ ਤਾਂ ਕਿ ਲੋਕਾਂ ਨੂੰ ਪਾੜਾ ਜਾਵੇ ਪਾੜੋ ਤੇ ਰਾਜ ਕਰੋ ਨਾਲਾ ਹਰਦੇ 600 ਜਿਹਾ ਸਵਾਲ ਪੁੱਛਿਆ ਗਿਆ ਸੀ ਆਈਸੀਆਰ ਚ ਹੋਰ ਪੇਪਰ ਪੜੀ ਗਏ ਹੋਰ ਉਹਨੇ ਇੱਕ ਲਾਈਨ ਲਿਖੀ ਡਿਵਾਈਡੈਂਡ ਰੂਲ ਸੋ ਇਹ ਜਿਹੜਾ ਬਾਦੋ ਤੇ ਰਾਜ ਕਰੋ ਦੀ ਨੀਤੀ ਹੈ ਉਹਦੇ ਵਿੱਚ ਗਾਹਾਂ ਇੱਕ ਫਿਰਕਾ ਨੂੰ ਉੱਪਰ ਉਹਦੀ ਸੁਪਰੀਮਸੀ ਉਹਦਾ ਵਰਤਸਵ ਦਿਖਾਉਣ ਦੀ ਜਿਹੜੀ ਹੈਗੀ ਹੈ ਕੋਈ ਤਾਂ ਹੈ ਨਹੀਂ ਵੀ ਉਸ ਫਿਰਕੇ ਦਾ ਕੋਈ ਵਰਤਸਵ ਵੀ ਹਿੰਦੂਆਂ ਦਾ ਵਰਤਸਵ ਇਹਦੇ ਨਾਲ ਹੋ ਜਾਣਾ ਹੈ ਹਿੰਦੂ ਕੋਰੋਨਾ ਚ ਜਿਆਦਾ ਮਰੇ ਨੇ ਹਿੰਦੂਆਂ ਦੀਆਂ ਜ਼ਮੀਨਾਂ ਵੀ ਜਿਆਦਾ ਖੋਈਆਂ ਜਾਣੀਆਂ ਨੇ ਇਹ ਵਪਾਰ ਦੀ ਗੱਲ ਕਰੀਏ ਤਾਂ ਵਪਾਰ ਵੀ ਉਹਨਾਂ ਦੀ ਜਿਆਦਾ ਖੋਲ ਜਾਣਾ ਦੁਕਾਨਾਂ ਜਦ ਮਾਲ ਖੋਲਣਗੇ ਤਾਂ ਦੁਕਾਨਾਂ ਹਿੰਦੂਆਂ ਦੀ ਬੰਦ ਹੋਣੀਆਂ ਨੇ ਸੋ ਇਹ ਜਿਹੜਾ ਇਹ ਬਹੁਤ ਭੜੇਖਾ ਜਿਹੜੇ ਮੀਰਜ਼ਗਾਰੀ ਉਹ ਵੀ ਜਿਹੜੇ ਬਾਹਰ ਜਾ ਰਹੇ ਨੇ ਆ ਪੰਜਾਬ ਚ ਵੀ ਬਹੁਤ ਸਾਰੇ ਹਿੰਦੂ ਤੋਂ ਡਾਕਟਰ ਇੱਕ ਆਈਪੀ ਸਿੰਗਰ ਕਾ ਜਰਨਲਿਸਟ ਨੇ ਟਾਈਮਸ ਆਫ ਇੰਡੀਆ ਦੇ ਬਹੁਤ ਇੰਟੈਲੀਜੈਂਟ ਨੇ ਬਹੁਤ ਮਿਹਨਤ ਕਰਦੇ ਨੇ ਉਹਨਾਂ ਨੇ ਬੜੀ ਇੱਕ ਇਨਵੈਸਟੀਗੇਟਿਵ ਰਿਪੋਰਟ ਇੱਕ ਜਾਂਚ ਕਰਕੇ ਰਿਪੋਰਟ ਲਿਖੀ ਹੈ ਜਿਹਦੇ ਵਿੱਚ ਖੱਤਰੀ ਅਰੋੜੇ ਬ੍ਰਾਹਮਣ ਇਹ ਜਾ ਰਹੇ ਨੇ ਬਾਣੀਆਂ ਔਖਤਲੀ ਰੋੜੇ ਬ੍ਰਾਹਮਣ ਤੇ ਬਾਣੀਆਂ ਤਾਂ ਸਿੱਧੇ ਹੀ ਹਿੰਦੂ ਕਹਿੰਦਾ ਲੱਗੇ ਨਾ ਅੱਛਾ ਫਿਰ ਸ਼ੈਡਿਊਲਡ ਕਾਸਟ ਵੀ ਜਾ ਰਹੇ ਨੇ ਕਿਸਾਨ ਵੀ ਜੱਟ ਵੀ ਜਾ ਰਹੇ ਨੇ ਇਹ ਰਹਿ ਕੌਣ ਗਿਆ ਫਿਰ ਇੱਕ ਜੇ ਜਾ ਰਹੇ ਨੇ ਜੇ ਸਭ ਕੁਝ ਕਰ ਰਹੇ ਨੇ ਸੋ ਇਹ ਕਹਿਣਾ ਵੀ ਇਹ ਹਿੰਦੂਆਂ ਦਾ ਦੇਸ਼ ਹੈ ਹਿੰਦੂ ਹੀ ਇਹਨੂੰ ਰਾਖੀ ਕਰਦੇ ਨੇ ਜੇ ਹਿੰਦੂ ਰਾਖੀ ਕਰਦੇ ਹੁੰਦੇ ਫਿਰ ਤਾਂ ਇਹ ਦੂਜਿਆਂ ਨੂੰ ਇੱਥੇ ਮੌਕਾ ਹੀ ਨਹੀਂ ਮਰਨਾ ਚਾਹੁੰਦਾ ਸੀ ਆ ਕੇ ਰਾਜ ਕਰਨ ਦਾ ਇਨਵੇਡਰਸ ਨੂੰ ਜਿਹੜੇ ਹਮਲਾਵਰ ਆਏ ਬਾਬਰ ਆਇਆ ਤੇ ਬਾਬਰ ਤੋਂ ਪਹਿਨਾਂ ਲੋ ਸਕੰਦਰ ਆਇਆ ਉਹਨੂੰ ਕੋਈ ਰੋਕ ਹੀ ਨਹੀਂ ਪਾਇਆ ਕੋਲਸ ਨਾਲ ਲੜਾਈ ਹੋਵੇ ਉਦੋਂ ਅੱਗੇ ਬਾਬਰਾਂ ਥੋੜੀ ਜਿਹੀ ਉਸਨਾਲੀ ਅੱਗੇ ਤੁਰਦਾ ਗਿਆ ਫਿਰ ਇਸ ਕਰਕੇ ਜਿਹੜਾ ਇਹ ਇੱਕ ਮੈਂ ਕਹਾਂਗਾ ਭ੍ਰੰਤੀ ਪੈਦਾ ਕਰੀ ਜਾਂਦੀ ਹੈ ਕਿ ਇੱਕ ਧਰਮ ਜਾਂ ਇੱਕ ਫਿਰਕਾ ਦੇਸ਼ ਨੂੰ ਇੱਕ ਪਾਸੇ ਚੰਗੇ ਪਾਸੇ ਲੈ ਜਾਂਦਾ ਹੈ ਜਾਂ ਉੱਥੇ ਉਸ ਫਿਰਕੇ ਨੂੰ ਆ ਮੁਸਲਮਾਨਾਂ ਦੇ ਮੁਲਕ ਨੇ ਜਿਹੜੇ ਕਿੰਨਾ ਕੁ ਸਾਰੇ ਮੁਸਲਮਾਨਾਂ ਨੂੰ ਤੇ ਇਨਸਾਫ ਵਿੱਚ ਦੱਬੜ ਪਤਾ ਗਿਆ ਉਤੇ ਕਿਹੜਾ ਭੁਖ ਮਰੀਂਦੀਆਂ ਪਾਕਿਸਤਾਨ ਸਾਡੇ ਸਾਹਮਣੀਆਂ ਸੋ ਸਾਡਾ ਜਿਹੜਾ ਦੇਸ਼ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਨੇ ਫੈਸਲਾ ਕਰਾਇਆ ਕਿ ਅਸੀਂ ਧਰਮ ਦੇ ਨਾਂ ਤੇ ਦੇਸ਼ ਬਣਾਉਣਾ ਹੈ ਇੱਕ ਦਿਨ ਪਹਿਲਾਂ ਉਹਨਾਂ ਦੀ ਆਜ਼ਾਦੀ ਦੀ ਡੇਟ ਅਨਾਉਂਸ ਹੋਈ 14 ਤਰੀਕ 15 ਸਾਡੇ 15 ਅਸੀਂ ਕਹਿੰਦੇ ਨਹੀਂ ਅਸੀਂ ਧਰਮ ਨਿਰਪੱਖ ਦੇਸ਼ ਬਣਾਉਣਾ ਹੁਣ ਧਰਮ ਨਿਰਪੱਖ ਦਾ ਮਤਲਬ ਧਰਮ ਵਿਰੋਧੀ ਨਹੀਂ ਹੁੰਦਾ ਕਈ ਇਹਨੂੰ ਧਰਮ ਵਿਰੋਧੀ ਸਮਝ ਲੈਂਦੇ ਨੇ ਧਰਮ ਨਿਰਪੱਖਤਾ ਮਤਲਬ ਹੈ ਵੀ ਰਾਜ ਜਿਹੜਾ ਹੈ ਸੱਤਾ ਜਿਹੜੀ ਹੈ ਕਿਸੇ ਵੀ ਧਰਮ ਨੂੰ ਕੋਈ ਸਰੰਕਸ਼ਨ ਨਹੀਂ ਰਹੇਗੀ ਅਗਲਾ ਆਪ ਦਾ ਆਪ ਦਾ ਧਰਮ ਜਿਹੜਾ ਮਰਜੀ ਬਣਾ ਲੈ ਜੇ ਇੱਥੇ ਹੁਣ ਧਰਮ ਨੂੰ ਸਰੰਕਸ਼ਨ ਦੇਣਾ ਸ਼ੁਰੂ ਕਰਤਾ ਫਿਰ ਇੱਕ ਨੂੰ ਜ਼ਿਆਦਾ ਦੇਉ ਇੱਕ ਨੂੰ ਘੱਟ ਦੇਉ ਇਹ ਸ਼ੁਰੂ ਕਰਤਾ ਹੁਣ ਜਿਹੜਾ ਤੁਸੀਂ ਆਪਰਾਮ ਲੱਲਾ ਦੀ ਜਿਹੜੀ ਪ੍ਰਾਣ ਬਰਸ ਚਾਏ ਉਹਦੇ ਤੇ ਬਾਅਦ ਚਾਉਣੇ ਆ ਜਿਹੜਾ ਤੁਸੀਂ ਆਖਿਆ ਵੀ ਤੀਰਥ ਯਾਤਰਾ ਹੁਣ ਤੀਰਥ ਯਾਤਰਾ ਜਿਹਨੇ ਕਰਨੀ ਆਪੇ ਕਰੇ ਸਰਬਨ ਇਹ இந்து ਧਰਮ ਦੇ ਵਿੱਚ ਹੀ ਕਹਾਣੀ ਹੈ ਕਿ ਸਰਬਨネタ ਆਪਦੇ ਮਾਪਿਆਂ ਦੇ ਮਾਪਿਆਂ ਨੇ ਸੀਗੇ। ਉਹਨਾਂ ਨੂੰ ਵਹਿੰਗੀ ਚ ਉਹਨਾਂ ਆਖਿਆ ਵੀ ਪੁੱਤ ਅਸੀਂ ਤੀਰਥ ਯਾਤਰਾ ਕਰਨ ਚਾਹੁੰਦੇ ਹਾਂ। ਉਹਨੇ ਵਹਿੰਗੀ ਚ ਬਣਾਈ ਵੱਡੀ, ਦੋਹੇ ਪਾਸੇ ਬਿਠਾਏ ਆਪ ਉਹਨਾਂ ਨੂੰ ਚਾਕੇ ਮੋਢੇ ਤੇ ਤੀਰਥ ਯਾਤਰਾ ਕਰਾਉਂਦਾ ਸੀ। ਯਾਨੀ ਕਿ ਤੀਰਥ ਯਾਤਰਾ ਸਾ ਮਾਪਿਆਂ ਨੂੰ ਬੱਚੇ ਕਰਾਉਂਦੇ ਨੇ। ਜਿਹਨੇ ਤੀਰਥ ਯਾਤਰਾ ਜਾਣਾ ਜਾਵੇ ਉਹਨੂੰ ਤੀਰਥ ਯਾਤਰਾ ਵਾਸਤੇ ਸਰਕਾਰ ਤੋਂ ਪੁੱਛਾ। ਸਰਕਾਰ ਹਸਪਤਾਲ ਖੋਲ੍ਹਦੇ, ਉਹਦੀ ਬਿਮਾਰੀ ਦਾ ਇਲਾਜ ਕਰੇ, ਉਹਨੂੰ ਰਹਿਣ ਨੂੰ ਘਰ ਨਹੀਂ ਹੈ, ਘਰ ਦੇਵੇ। ਉਹਦੇ ਕੋ ਭੋਜਨ ਨਹੀਂ ਹੈ ਭੋਜਨ ਦੇਵੇ ਕੋਈ ਮਤਲਬ ਸਰਕਾਰ ਨੇ ਜੋ ਦੇਣਾ ਉਹਨੂੰ ਉਹ ਦੇਣਾ ਨਾ ਕਿ ਇਹ ਤੀਰਥ ਯਾਤਰਾ ਕਰਨੀ ਹੈ ਜਾਂ ਵੀ ਅਸੀਂ ਤੁਹਾਡੇ ਕੁੜੀਆਂ ਦੇ ਵਿਆਹ ਕਰਦਾਂਗੇ ਜਾਂ ਤੁਹਾਨੂੰ ਬਸ ਦੇ ਵਿੱਚ ਇਹ ਜਿਹੜੇ ਤਾਂ ਤਰੀਕੇ ਨੇ ਗਲਤ ਨੇ ਦੂਜਾ ਫਿਰ ਧਰਮ ਦੇ ਨਾਂ ਦੇ ਉੱਤੇ ਵਰਤਣਾ ਇਹ ਤਾਂ ਅਜੇ ਵੀ ਇਹਨਾਂ ਤੀਰਥਾਂ ਸਾਰਿਆਂ ਦੀ ਕਹੀ ਚੀਜ਼ ਹੈ ਇਹ ਉਹੀ ਜ਼ਮਾਨਾ ਆ ਗਿਆ ਵੀ ਪਹਿਲਾਂ ਜਿਵੇਂ ਅਕਬਰ ਦੇ ਵੇਲੇ ਕਹਿੰਦੇ ਸੀ ਵੀ ਜਦ ਕੋਈ ਜਾਂਦਾ ਸੀਗਾ ਆਪਣਾ ਤੀਰਥਾਂ ਤੇ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ ਤੇ ਜਿਹੜੇ ਅੱਜ ਤੇ ਜਾਂਦੇ ਸੀ ਉਹਨਾਂ ਨੂੰ ਨਹੀਂ ਦੇਣਾ ਪੈਂਦਾ ਸੀ ਤੇ ਫਿਰ ਅਕਬਰ ਕੋਲ ਲੋਕਾਂ ਨੇ ਪ੍ਰੋਟੈਸਟ ਕਰਿਆ ਜਾਂ ਪਟੀਸ਼ਨ ਕਰਿਆ ਉਹਨੇ ਆਖਿਆ ਠੀਕ ਹੈ ਇਹਨਾਂ ਨੂੰ ਮਲੇ ਲੱਗਣਾ ਚਾਹੀਦਾ ਲੱਗੇ ਤਾਂ ਦੋਹਾਂ ਨੂੰ ਲੱਗੇ ਨਹੀਂ ਤਾਂ ਕਿਸੇ ਨੂੰ ਨਹੀਂ ਲੱਗਣਾ ਚਾਹੀਦਾ ਅਕਬਰ ਦੇ ਰਾਜ ਤੋਂ ਛੱਡ ਲੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਜਿਹੜੇ ਸੀਗੇ ਹਿੰਦੂ ਸਿੱਖ ਇਕੱਠੇ ਹੋਏ ਉਹਨਾਂ ਨੇ ਆਖਿਆ ਜੀ ਇਹ ਮੁਸਲਮਾਨ ਬਾਗ ਦਿੰਦੇ ਨੇ ਤੇ ਸਾਡੀ ਤਾਂ ਨੀਂਦ ਡਿਸਟਰਬ ਹੋ ਜਾਂਦੀ ਐ ਸਾਨੂੰ ਤਾਂ ਬਹੁਤ ਔਖੇ ਹੁੰਨੇ ਅਸੀਂ ਤਾਂ ਇਹ ਤਾਂ ਦਿਨ ਚ ਪੰਜ ਵਾਰੀ ਬਾਗ ਦਿੰਦੇ ਨੇ ਹੈ ਉਹਦੇ ਵਿੱਚ ਮੁਸਲਮਾਨਾਂ ਨੇ ਬੁਲਾਇਆ ਵੀ ਭਾਈ ਤੁਸੀਂ ਬਾਗ ਕਿਉਂ ਦਿੰਦੇ ਨਿਓ ਇਹਨਾਂ ਨੂੰ ਤਾਂ ਡਿਸਟਰਬੈਂਸ ਹੁੰਦੀ ਐ ਉਹ ਕਹਿੰਦੇ ਜੀ ਅਸੀਂ ਬਾਗ ਤਾਂ ਦਿੰਦੇ ਆ ਵੀ ਨਮਾਜ਼ ਦਾ ਸਮਾਂ ਦੱਸਣਾ ਹੁੰਦਾ ਲੋਕਾਂ ਨੂੰ ਅਸੀਂ ਬਾਗ ਦਿੰਨੇ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਜਿੱਥੇ ਹੁੰਦੇ ਨੇ ਉੱਥੇ ਆਪਦੀ ਨਮਾਜ਼ ਪੜ੍ਹ ਲੈਣਦੇ ਨੇ अच्छा, ਕਿੰਤੂ ਤੁਸੀਂ ਸਨੇਹਾ ਦੇਣ ਵਾਸਤੇ ਦਿੰਦੇ ਹੋ। ਕਹਿੰਦੇ ਫਿਰ ਜੇ ਕੋਈ ਸੋਣਾ ਸਨੇਹਾ ਦੇਣ ਦਾ ਹੋਰ ਕੋਈ ਪ੍ਰਬੰਧ ਕਰ ਦਿੱਤਾ ਜਾਵੇ, ਕਹਿੰਦੇ ਜੀ ਫਿਰ ਤਾਂ ਕੋਈ ਲੋੜ ਨਹੀਂ ਬਾੰਗ ਦੀ, ਬਾੰਗ ਤਾਂ ਸਨੇਹ ਵਾਸਤੇ ਆ। ਇਹ ਹਿੰਦੂਆਂ ਨੂੰ ਕੈਨੇਡਾ ਭਾਈ ਹੁਣ ਤੁਸੀਂ ਫਿਰ ਇਹਨਾਂ ਦੇ ਘਰ-ਘਰ ਜਾ ਕੇ ਸਨੇਹਾ ਦੇ ਆਇਆ ਕਰੋ ਪੰਜੇ ਵਕਤ। ਰੀਤ ਤੁਹਾਡਾ ਹੋ ਗਿਆ। ਹੁਣ ਇਹਨਾਂ ਦਾ ਤਾਂ ਇਹ ਤਰੀਕਾ ਵੀ ਜਦ ਬਾੰਗ ਦੇਣਗੇ। ਤੇ ਤੁਸੀਂ ਕਿਨੂੰ ਬਾਗ ਨਾ ਦੇਣ, ਬਿਲਕੁਲ ਨਹੀਂ ਦੇਣਗੇ। ਫਿਰ ਤੁਸੀਂ ਸਨੇਹਾ ਦੇ ਆਇਆ। ਫਿਰ ਉਹਨਾਂ ਨੂੰ ਪਤਾ ਲੱਗਿਆ ਇਹ ਤਾਂ ਕੰਮ ਉਲਟਾ ਹੋ ਗਿਆ। ਸੋ ਇਸ ਕਰਕੇ ਇਹ ਜਿਹੜਾ ਤਰਨੁ ਨਿਰਪੱਖਤਾ ਦੀ ਨਿਸ਼ਾਨੀ ਹੈ। ਜਦ ਤੁਸੀਂ ਗੱਲ ਕਰਦੇ ਹੋ ਉਦੋਂ ਗੱਲ ਸੁਣੋ ਸਾਰਿਆਂ ਦੀ। ਤੋਂ ਦੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਚ ਇਕਨ ਦੀ ਗਿਣਤੀ ਬਹੁਤ ਥੋੜੀ ਸੀ ਪਰ ਉਹਨਸੇ ਖਰਾਜ ਮੰਨਿਆ ਜਾਂਦਾ ਸੀ। ਸਿੱਕਾ ਵੀ ਗੁਰੂ ਦੇ ਨਾਮ ਦਾ ਚੰਦਾ ਸੀ। ਪਰ ਢਿੰਕੀ ਤਾਂ ਜ਼ਿਆਦਾ ਮੁਸਲਮਾਨਾਂ ਦੀ ਸੀ ਉਦੋਂ ਦੋ ਨੰਬਰ ਤੇ ਹਿੰਦੂਆਂ ਦੀ ਸੀ। ਤੋਂ ਇਸ ਕਰਕੇ ਇਹ ਨਹੀਂ ਹੁੰਦਾ ਨਿਰਪੱਖ ਜਿਹੜਾ ਤਰਨੁ ਨਿਰਪੱਖ ਹੋਣ ਦਾ ਮਤਲਬ ਹੁੰਦਾ ਕਿਸੇ ਤਰਨ ਨੂੰ ਤੁਸੀਂ ਨਾ ਵਰਚਸ ਦੇਣਾ ਨਾ ਕਿਸੇ ਤਰਨ ਨੂੰ ਖਰਾਬ ਕਰਨਾ ਉਹਦੀ ਨਿਖੇਦੀ ਕਰਨੀ ਹੈ। ਅੱਜ ਸਾਡੇ ਸਾਰੇ ਹੋ ਰਿਹਾ ਹੈ। ਗੀਤਾ ਸੜਕ ਦੇ ਉੱਤੇ ਰਸਤਾ ਰੁਕਿਆ ਜਾ ਰਿਹਾ ਹੈ ਕਿ ਜਗਰate ਰਹੇ ਤਦ ਤੱਕ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੇ ਉਸੇ ਸੜਕ ਦੇ ਉੱਤੇ ਕੋਈ ਨਮਾਜ਼ ਪੜਦਾ ਹੈ ਇਤਰਾਜ਼ ਨਹੀਂ ਹੁਣ ਇਹ ਦੋਹਾਂ ਗੱਲਾਂ 'ਚ ਤਾਂ ਤੁਸੀਂ ਫਰਕ ਕਰ ਰਹੇ ਹੋ ਨਾ ਅਜੇ ਨਮਾਜ਼ ਦਾ ਪਤਾ ਨਹੀਂ ਉਹਨਾਂ ਨੇ 10 ਮਿੰਟ 'ਚ ਪੂਰੀ ਕਰਨੀ ਆ 15 ਮਿੰਟ 'ਚ ਕਰ ਰਹੀ ਨਹੀਂ ਜਗਰਾਤਾ ਤਾਂ ਸਾਰੀ ਗੱਲ ਚੱਲਦਾ ਰਸਤੇ ਆਖਰ ਰੋਜ਼ੀ ਰੁਕੇ ਹੁੰਦੇ ਨੇ ਤੁਸੀਂ ਉਹ ਪਟਿਆਲਿਕ ਦੇਖ ਲਓ ਆਪਦੇ ਸ਼ਹਿਰ 'ਚ ਕਿੰਨੇ ਰਸਤੇ ਰੁਕੇ ਹੁੰਦੇ ਨੇ ਜਗਤ ਪਾਏ ਨੇ ਸੋ ਇਹ ਕਰਕੇ ਇਹ ਜਦ ਤੁਸੀਂ ਦੋ ਮਾਪਦੰਡ ਰੱਖ ਦੋ ਤਾਂ ਦੇਸ਼ ਧਰਮ ਨਿਰਪੱਖ ਨਹੀਂ ਰਹਿੰਦਾ। ਉਹ ਇਹ ਸਾਡੇ ਸੰਵਿਧਾਨ ਦੇ ਉਲਟ ਹੈ। ਸਾਡਾ ਸੰਵਿਧਾਨ ਕਹਿੰਦਾ ਸਾਰੇ ਧਰਮ ਬਰਾਬਰ ਨੇ। ਸਾਰਿਆਂ ਨੂੰ ਆਪਦੇ-ਆਪ ਦੇ ਸਥਾਨ ਤੇ ਹੁਣ ਇੱਥੇ ਇੱਕ ਹੋਰ ਵੀ ਗੱਲ ਹੈ ਵੀ ਜਿਹੜੇ ਕਹਿ ਰਹੇ ਨੇ ਸੰਵਿਧਾਨ ਦੇ ਆਰਟੀਕਲ 25 ਚ ਲਿਖਿਆ ਹੈ ਕਿ ਹਰੇਕ ਹਿੰਦੂ ਨੂੰ ਹਿੰਦੂਆਂ ਨੇ ਮੰਦਰਾਂ 'ਚ ਜਾਣ ਦਾ ਅਧਿਕਾਰ। ਇੱਥੇ ਤਾਂ ਰਾਸ਼ਟਰਪਤੀ ਨੂੰ ਨਹੀਂ ਜਾਣ ਦਿੱਤਾ। ਇੱਕ ਪਾਸੇ ਕਹਿੰਦੇ ਵੀ ਜਿਹੜੀ ਸ਼ੈਡਿਊਲਡ ਕਾਸਟ ਮੇਂ ਬਿਲੇ ਮਤਲਬ 크੍ਰਿਸਚੀਅਨ ਨਹੀਂ ਬਣੇ ਸਿੱਖ ਨਹੀਂ ਬਣੇ ਮੁਸਲਮਾਨ ਨਹੀਂ ਬਣੇ ਉਹ ਸਾਰੇ ਹਿੰਦੂ ਨੇ ਇਹਨਾਂ ਦੀ ਪਰਿਵਾਰਸ਼ਾ ਹੈ ਹਿੰਦੂਆਂ ਦੀ ਦਲਤਵਾਰੇ ਜੇ ਸਾਰੇ ਹਿੰਦੂ ਨੇ ਜਿਹੜੇ ਸਾਈ ਨਹੀਂ ਬਣੇ ਮੁਸਲਮਾਨ ਨਹੀਂ ਬਣੇ ਸਿੱਖ ਨਹੀਂ ਬਣੇ ਤੇ ਰਾਮਨਾਥ ਕੋਵਿੰਦ ਜੀ ਦਾ ਕੁਝ ਵੀ ਨਹੀਂ ਬਣਈ ਸਕੋਤ ਉਹ ਹੀ ਦਾਰਸ਼ਿਕ ਜਿਹੜੇ ਸੀਗੇ ਉਹ ਰਾਸ਼ਟਰਪਤੀ ਵੀ ਸੀਗੇ ਤੇ ਉਹਨਾਂ ਨੂੰ ਅੰਦਰ ਕਿਉਂ ਨਹੀਂ ਜਾਣ ਦਿੱਤਾ ਗਿਆ ਉਹ ਤਾਂ ਸੰਵਧਾਨ ਦੀ ਤਰ੍ਹਾਂ 25 ਜਾਂ ਕਹਿੰਦੇ ਵੀ ਉਹਨਾਂ ਨੂੰ ਅਧਿਕਾਰ ਹੈ ਬ੍ਰੋਕਤੀ ਮਰਮੂ ਜੀ ਇਹਨਾਂ ਗਰਮਗਰਾਹੀ ਨੇ ਜਾਣ ਦਿੱਤਾ ਗਿਆ ਇਹ ਤਾਂ ਇਹ ਤਾਂ ਸਾਡੇ ਸਮੁੱਚੇ ਤਾਦੀਆਂ ਉਧਾਰਨਾਂ ਨੇ ਤਾਂ ਜਦ ਤੁਸੀਂ ਇੱਕ ਧਰਮ ਨੂੰ ਉੱਚਾ ਫੇਰ ਸਾਡੇ ਇਮਾਨਜੋਗ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਜੀ ਇਸ ਤੇ ਜਜਮਾਨ ਨੇ ਨਰਿੰਦਰ ਮੋਦੀ ਜਜਮਾਨ ਹੋਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪ੍ਰਧਾਨ ਮੰਤਰੀ ਇੱਕ ਧਰਮ ਦਾ ਜਜਮਾਨ ਹੋਵੇ ਕੀ ਕੱਲ ਨੂੰ ਕਿਸੇ ਮਸੀਤ ਦੇ ਉਦਘਾਟਨ ਚ ਪ੍ਰਧਾਨ ਮੰਤਰੀ ਜਜਮਾਨ ਬਣ ਨੂੰ ਤਿਆਰ ਨੇ ਕਿਉਂਕਿ ਪ੍ਰਧਾਨ ਮੰਤਰੀ ਉਸ ਬਾਰੇ ਦੇਸ਼ ਦੇ ਨੇ ਕੀ ਕਿਸੇ ਚਰਚ ਦੇ ਉਦਘਾਟਨ ਚ ਚਾਹ ਰਹੇ ਕੀ ਗੁਰਦੁਆਰੇ ਚ ਸ਼ਾਇਦ ਬਣਾ ਤਾਂ ਮੈਂ ਲੱਗਦਾ ਉੱਥੇ ਵੀ ਨਹੀਂ ਬਣਨਗੀ ਜੇ ਤੁਸੀਂ ਜਜਮਾਨ ਬਣਦੇ ਹੋ ਤੇ ਜਿਹੜੇ ਪੁਜਾਰੀ ਨੇ ਆ ਕੇ ਕਰਦੇ ਫਿਰ ਤਾਂ ਤੁਸੀਂ ਕਿਸੇ ਚ ਵੀ ਬੰਨਣਾ ਚਾਹੀਦਾ ਹਨਨ ਯਾਨਕਿ ਬੰਨਣਾ ਕਿਸੇ ਚ ਵੀ ਨਹੀਂ ਚਾਹੀਦਾ ਸੋ ਤੁਸੀਂ ਜਜਮਾਨ ਦੇ ਤਾਂ ਫਿਰ ਜਿਹੜਾ ਇਹ ਧਾਰਮਿਕ ਰਾਮ ਲੱਲਾ ਦੀ ਜਿਹੜੀ ਤ੍ਰਾਂਟ ਪੜਿਸਾ ਕਰਨੀ ਆ ਇਹ ਧਾਰਮਿਕ ਕਾਰਜ ਆ ਰਾਮ ਮੰਦਿਰਿਕ ਧਰਮ ਕਾਰਜ ਆ ਇਹ ਸاسي ਕਰਨ ਤਾਂ ਹੈ ਨਹੀਂ ਸਾਰੇ ਹਿੰਦੂਆਂ ਦਾ ਹੋ ਸਕਦਾ ਹੈ ਹਿੰਦੂਆਂ ਦੇ ਵਿੱਚ ਬਹੁਤ ਜ਼ਿਆਦਾ ਆਸਤਾ ਸ਼ਰਦਾ ਹੈ ਪਰ ਹਾਲਾਂਕਿ ਸਾਰੇ ਹਿੰਦੂਆਂ ਦਾ ਨਹੀਂ ਹੈ ਇਹ ਸਿਸਟਮ ਇਹ ਤਾਂ ਭਾਜੀਪੀ ਦਾ ਹੈ ਆਰਐਸਐਸ ਦਾ ਤੇ ਇਹਦੇ ਵਿੱਚ ਤੁਸੀਂ ਸਦਾ ਵੀ ਭਾਜੀਪੀ ਆਰਐਸਐਸ ਦੇ ਰਹੀ ਹੈ ਭਾਜੀਪੀ ਤਾਂ ਇਹ ਨਹੀਂ ਕਰ ਸਕਦੀ ਨਾ ਕਿਉਂਕਿ ਕਿੰਨੀ ਹਿੰਦੂ ਤਾਂ ਭਾਜੀਪੀ ਦੇ ਨਾਲ ਹੈ ਹੀ ਨਹੀਂ ਜਿਹੜੇ ਤਰਨਾਮੂਲ ਕਾਂਗਰਸ ਹੈ ਤਾਂ ਉਹ ਵੀ ਹਿੰਦੂ ਹੈ ਆਈਡੀਐਮ ਕੇ ਡੀਐਮ ਕੇ ਆਈਡੀਐਮ ਕੇ ਵੀ ਸੰਗਲ ਚੜ ਕੇ ਡੀਐਮ ਕੇ ਹੈ ਜਿਹੜੀ ਉਹ ਤਾਂ ਹਿੰਦੂ ਨੇ ਜਿਹੜੇ ਉਹਨੇ ਉਦਮ ਧਾਕਰੇ ਹੋਣੀ ਨੇ ਅਸੀਂ ਵਿਚਾਨਾ ਉਹ ਵੀ ਤਾਂ ਹਿੰਦੂ ਹੀ ਨੇ ਜਿਹੜੇ ਬਹੁਤ ਸਾਰੇ ਜਿਹੜੇ ਖਲੇਸ਼ ਹੋਰੀ ਨੇ ਵੀ ਤਾਂ ਹਿੰਦੂ ਹੀ ਨੇ ਜਿਹੜੇ ਲਾਲੂ ਪ੍ਰਸ਼ਾਦ ਜਾਦਵ ਤੇ ਨਿਚਿਸ਼ ਕੁਮਾਰ ਉਹ ਕੀ ਨੇ ਤੇ ਇਸ ਕਰਕੇ ਉਹ ਪੰਕੋਤਾ ਇਹਨਾਂ ਦੇ ਨਾਲ ਨਹੀਂ ਹੈਗੇ ਬੀਜੇਪੀ ਨਹੀਂ ਉਹ ਤਾਂ ਬੀਜੇਪੀ ਦਾ ਨਹੀਂ ਨਾ ਉਹਨਾਂ ਤਾਂ ਬੀਜੇਪੀ ਨਾਲ ਸਮਝੌਤਾ ਵੀ ਨਹੀਂ ਆਇਆ ਇਸ ਵਕਤ ਤਾਂ। ਤੋਂ ਫਿਰ ਉਹ ਕੀ ਕਰ ਜੇ ਤੁਸੀਂ ਕਹਿੰਦੇ ਮੰਦਿਰ ਤਾਂ ਹੈਗਾ ਰਾਮ ਦਾ ਰਾਮ ਤਾਂ ਸਾਰਿਆਂ ਦਾ ਸੰਘਾ ਹੈ। ਕਿ ਤੁਸੀਂ ਰਾਮ ਨੂੰ ਵੱਡਾ ਤਾਂ ਤੁਸੀਂ ਬਣਾਉ ਤਾ ਬੀਜੇਪੀ ਦਾ ਫੇ ਜੇ ਤੁਸੀਂ ਬੀਜੇਪੀ ਦਾ ਆਰਾਮ ਬਣਾ ਲਿਆ ਫੇ ਠੀਕ ਹੈ ਤੁਸੀਂ ਆਪਣੀ ਕਰ ਲਓ ਪੂਜਾ ਭਾਈ ਤੁਸੀਂ ਕਰ ਲਓ ਪ੍ਰਾਨ ਪ੍ਰਸਾ ਉਹ ਤਾਂ ਬੀਜੇਪੀ ਦਾ ਹੈ RAM ਸੰਧਾ ਨਹੀਂ ਹੈ RAM ਮਰਿਆਦਾ ਪ੍ਰਸ਼ੂਤਮ RAM ਦੀ ਨਹੀਂ ਤੁਸੀਂ ਗੱਲ ਕਰ ਰਹੇ ਤੁਸੀਂ ਤਾਂ ਕਿਸੇ ਹੋਰ RAM ਦੀ ਗੱਲ ਕਰ ਰਹੇ ਹੋ ਜਿਹੜਾ ਮਰਿਆਦਾ ਪ੍ਰਸ਼ੂਤਮ RAM ਹੈ ਨਾ ਤੁਸੀਂ ਉਹਦੇ ਹਸੁੰਡਾਂ ਤੇ ਚੱਲ ਰਹੇ ਹੋ ਨਾ ਤੁਸੀਂ ਉਹਦੀ ਗੱਲ ਕਰ ਰਹੇ ਹੋ ਜੇ ਫੇ ਭਾਈ ਤੁਸੀਂ ਜਿਹੜੇ RAM ਦੀ ਤੁਸੀਂ ਗੱਲ ਕਰਦੇ ਹੋ ਉਹਦੀ ਕਰ ਹੀ ਜਾ ਤੁਹਾਨੂੰ ਕੌਣ ਰੋਕਦਾ ਬੀਜੇਪੀ ਦਾ RAM ਆ ਉਹ ਉਹ ਆਰਐਸਐਸ ਦਾ RAM ਹੈ ਉਹ ਹਿੰਦੂਆਂ ਦਾ ਰਾਮ ਤੇ ਉਹ ਮर्यादा ਪ੍ਰਸ਼ੂਤਮ ਰਾਮ ਤਾਂ ਹੈ ਨਹੀਂ ਕਿਉਂਕਿ ਮर्यादा ਪ੍ਰਸ਼ੂਤਮ ਰਾਮ ਨੇ ਤਾਂ ਇਸ ਤਰ੍ਹਾਂ ਦਾ ਫਰਕ ਨਹੀਂ ਰੱਖਿਆ ਸੋ ਇਹ ਜਿਹੜਾ ਵੱਡਾ ਸਵਾਲ ਹੈ ਮर्यादा ਪ੍ਰਸ਼ੂਤਮ ਰਾਮ ਦੇ ਕੋਲ ਤਾਂ ਬਾਨਰ ਸੈਨਾ ਬਾਨਰ ਤਾਂ ਮਤਲਬ ਉਹ ਤਾਂ ਕਹੋ ਵੀ ਜੰਗਲੀ ਸੀਗੇ ਅਜੇ ਪੂਰੀ ਮਨੁੱਖਪੂਰਨ ਮਨੁੱਖ ਵੀ ਨਹੀਂ ਸੀਗੇ ਤਾਂ ਬਾਨਰ ਸੈਨਾ ਉਹਨਾਂ ਨੂੰ ਨਾ ਨਹੀਂ ਮੰਨਦੀ ਹੈ ਤੁਸੀਂ ਜੋ ਬੰਦੇ ਨੂੰ ਨਹੀਂ ਮੰਨਣ ਨੂੰ ਤਿਆਰ ਸੋ ਇਹ ਫਰਕ ਹੈ ਇਸ ਫਰਕ ਨੂੰ ਰਾਮ ਨੇ ਤਾਂ ਆਪਣੀ ਛੜ ਜਿੱਤ ਸੀ ਆਪਣਾ ਹੱਕ ਵੀ ਕਿ ਉਹਦੇ ਪਿਤਾ ਦਾ ਵਚਨ ਪੂਰਾ ਕਰਨਾ ਸੀ ਤੇ ਇਹ ਤਾਂ ਹੱਕ ਲੈਣ ਵਾਸਤੇ ਹੱਕ ਛੱਡੋ ਦੂਜੇ ਦਾ ਹੱਕ ਖੋਣ ਵਾਸਤੇ ਤਿਆਰੀ ਰਹਿੰਦੀ ਹੈ ਹਰ ਵਕਤੀ ਤੇ ਇਹ ਜਿਨਾ ਹੈਗਾ ਨਾ ਜਿਨ ਮਨ ਹੋਰ ਮੁਖ ਹੋਰ ਗੁਰੂ ਸਾਹਿਬ ਨੇ ਕਿਹਾ ਤੇ ਕੰਢੇ ਕੰਢੇ ਮਨ ਚ ਹੋ ਰ ਮਖਚੋੜ ਇਹਨਾ ਮਾਨ ਵਚਨ ਤੇ ਕਰਮ ਗੀਤਾ ਦੇ ਵਿੱਚ ਹੈ ਸਾਰੇ Hindu ਧਰਮ ਕਹਿੰਦੇ ਕਿ ਮਾਨ ਵਚਨ ਕਰਨ ਦੀ ਸ਼ੁੱਧੀ ਹੋਣੀ ਜ਼ਰੂਰੀ ਹੈ ਇਹਨਾਂ ਦੇ ਮਨ ਵਚਨ ਕਰਨ ਦੀ ਸ਼ੁੱਧੀ ਹੈ ਨਹੀਂ ਹੁਣ ਮਨ ਵਚਨ ਕਰਨ ਦੀ ਸ਼ੁੱਧੀ ਦਾ ਮਤਲਬ ਕੀ ਹੁੰਦਾ ਹੈ ਮਨ ਬਚਨ ਕਰਨ ਦੀ ਸ਼ੁੱਧੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕੋਈ ਗੰਗਾ ਜਲ ਪਾਉਣਾ ਹੈ ਜਾਂ ਤੁਸੀਂ ਕੋਈ ਪਾਠ ਕਰਨਾ ਹੈ ਜਾਂ ਤੁਸੀਂ ਕੋਈ ਕੋਨਾ ਕਰਨਾ ਹੈ ਇਹ ਨਹੀਂ ਹੁੰਦਾ ਮਨ ਬਚਨ ਕਰਨ ਦੀ ਸ਼ੁੱਧੀ ਦਾ ਮਤਲਬ ਕੋਈ ਪੂਜਾ ਵੀ ਨਹੀਂ ਹੁੰਦੀ ਮਨ ਬਚਨ ਕਰਨ ਦੀ ਸ਼ੁੱਧੀ ਦਾ ਮਤਲਬ ਇਹ ਹੈ ਕਿ ਜੋ ਤੁਹਾਡੇ ਮਨ ਚ ਹੈ ਤੁਸੀਂ ਬਚਨ ਵੀ ਉਹੀ ਕਰਦੇ ਹੋ ਤੇ ਜੋ ਬਚਨ ਕਰਦੇ ਹੋ ਤੁਸੀਂ ਕੰਮ ਵੀ ਉਹੀ ਕਰਦੇ ਹੋ ਕਰਮ ਕੰਮ ਵੀ ਉਹੀ ਕਰਦੇ ਹੋ ਜੇ ਮਨ ਚ ਕੁਝ ਹੋਰ ਹੈ ਕਹਿੰਦੇ ਕੁਝ ਹੋਰੋਂ ਕਰਦੇ ਹੋਰ ਵੀ ਉਦੋਂ ਵੀ ਕੁਝ ਹੋਰੋਂ ਤੁਹੇ ਤਾਂ ਮਨਵਚਨ ਕਰਨ ਦੀ ਸ਼ੁੱਧਿ ਨਹੀਂ ਨਾ ਫੇਰ ਤਾਂ ਤੁਸੀਂ ਧੋਖੇ ਧੋਖੇ ਬਾਜੋ ਧੋਖਾ ਦੇ ਰਹੇ ਹੋ ਲੋਕਾਂ ਨੂੰ ਫੇਰ ਤਾਂ ਲੋਕ ਕਿ ਤੁਸੀਂ ਤਾਂ ਤੁਹਾਡੇ ਤਾਂ ਕੰਮ ਹੀ ਉਲਟਾ ਹੈ ਫੇਸ ਕਰਕੇ ਉਹਨੂੰ ਆਮ ਕਹਿੰਦੇ ਚਾਲਾਂ ਆਪਣੇ ਸਾਡੇ ਮਾਲਵੇ ਚ ਤਾਂ ਲੋਕ ਚਾਲਾਂ ਕਹਿੰਦੇ ਵੀ ਇੰਨੀਆਂ ਚਾਲ ਚਾਲ ਬਾਜੀਆਂ ਜਾਂ ਕਿਉਂਕਿ ਜਨਾ ਸਿੱਧੀ ਗੱਲ ਕਰਨੀ ਕਰਨੀ ਹੈ ਸੋ ਇਹ ਜਿਹੜਾ ਚਾਲ ਬਾਜੀ ਹੈ ਇਹਨੂੰ ਕੋਈ ਪਸੰਦ ਨਹੀਂ ਕਰਦਾ ਫੇਰ ਠੀਕ ਹੈ ਭੀੜ ਤੰਤਰ ਤੁਸੀਂ ਬਣਾਤਾ ਲੋਕਾਂ ਨੂੰ ਇੰਨਾ ਪਹਿਲਾਂ ਕਿਸੇ ਜਵਾਨ ਨੇ ਇਦਾਂ ਹੀ ਭੀੜ ਤੰਤਰ ਬਣਾ ਬਣਾ ਕੇ ਵੀ ਸੋ ਉਹਨਾਂ ਦਾ ਮੰਦਿਰ ਜਿਹੜਾ ਟੁੱਟਿਆ ਸੀ ਉਹ ਇਸ ਤਰ੍ਹਾਂ ਹੀ ਕੋਈ ਕੋ ਲੋਕਾਂ ਨੂੰ ਕਹਤਾ ਅਸੀਂ ਤਾਂ ਮੂਰਤੀ 'ਚ ਇਦਾਂ ਦੇਖੋ ਸ਼ਕਤੀ ਨਾ ਖੜੀ ਐ ਇਹ ਪਤਾ ਨਹੀਂ ਕਿ ਅੰਦਰਲੇ ਚੁੰਬਕ ਕਿਤੇ ਹੋਰ ਨਾਲ ਖੜੀ ਜੀ ਸ਼ਕਤੀਆਂ ਖੜੀ ਸੀ ਫਿਰ ਉਹ ਆ ਕੇ ਤੋੜ ਕੇ ਮੇ ਗਿਆ ਇਹ ਤਾਂ ਇਹ ਤਾਂ ਸਮਝਣ ਦੀ ਲੋੜ ਐ ਨਾ ਸੋ ਉਹਦੇ ਵਿੱਚ ਹਾਂ ਜਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤੁਹਾਡੀ ਪ੍ਰਸਿੱਧੀ ਹੋ ਸਕਦੀ ਐ ਪ੍ਰਸਿੱਧੀ ਤਾਂ ਜੇ ਅਸੀਂ ਢੀਡ ਬਾਲ ਕੇ ਜਿਹੜਾ ਸੀ ਕਹਿੰਦਾ ਭਈਆ ਉਹਨੂੰ ਦੇਖੀਏ ਗੁਰੂ ਦਰੋਣਾचार्य ਨੇ ਉਹਨੂੰ ਮਨਾ ਕਰਤਾ ਕਿ ਤੂੰ ਤਾਂ ਭੀੜ ਵਾਲਾ ਹੈ ਮੈਂ ਨਹੀਂ ਤੈਨੂੰ ਸਿੱਖਾ ਦੇਣੀ ਕੀਰਨਦਾਜੀ ਦੀ ਉਹਨੇ ਉਹਨਾਂ ਦੀ ਮਿੱਟੀ ਦੀ ਮੂਰਤੀ ਬਣਾ ਕੇ ਉਹਦੇ ਸਾਹਮਣੇ ਖੜ ਕੇ ਕੀਰਨਦਾਜੀ ਸਿੱਖਣੀ ਸ਼ੁਰੂ ਕਰਤੀ ਉਹਨਾਂ ਨੇ ਉਹਨੂੰ ਉਹਦੇ ਜਿਵੇਂ ਵਿਸ਼ਵਾਸ ਕਰ ਲਿਆ ਮੂਰਤੀ ਦੇਤੇ ਮੇਰੇ ਗੁਰੂ ਇਹੀ ਨੇ ਮੈਂ ਗੁਰੂ ਧਾਰ ਲਿਆ ਦਰੋਣਾਚਾਰੀ ਨੋ ਮੰਨਣ ਜਾਂ ਨਾ ਮੰਨਣਾ ਔਰ ਉਹਦੇ ਵਿੱਚ ਗੁਰੂ ਦਰੋਣਾਚਾਰੀ ਗੁਰੂ ਅਸਲ ਚ ਸਾਬਤ ਨਾ ਹੋਏ ਉਹਨਾਂ ਤੋਂ ਹੋ ਗਿਆ ਵੀ ਤਾਂ ਇੰਨਾ ਜੀ ਕੀਰਨਦਾਸ ਸੋਹਣਾ ਬਣ ਗਿਆ ਇਹ ਤਾਂ ਅਰਜੁਨ ਨੂੰ ਹਰਾ ਦੂਗਾ ਉਹ ਨਹੀਂ ਚੁੰਦੇ ਸੀ ਵੀ ਅਰਜਨ ਹਰਿ ਕਿਉ ਕਰਜਨ ਉੱਚੀ ਜਾਤੀ ਦਾ ਇਹ ਭੀਦਵਾਲ ਕਹੇ ਤੇ ਜਦ ਉਹਨੂੰ ਪੁੱਛਿਆ ਵੀ ਭਾਈ ਤੂੰ ਕੀ ਤੋਂ ਸਿੱਖਿਆ ਤੀਰੰਦਗੀ ਪਹਿਲੇ ਹਥਲਾਉਂਦਾ ਚਾਹੇ ਇਹ ਕਹਿੰਦਾ ਜੀ ਤੁਹਾਤੋਂ ਕਹਿੰਦਾ ਮੈਂ ਤਾਂ ਤੈਨੂੰ ਮਨਾ ਕਰਤਾ ਸੀ ਕਹਿੰਦਾ ਹੀ ਮੈਂ ਤੁਹਾਡੀ ਮੂਰਤੀ ਬਣਾ ਕੇ ਸਿੱਖ ਲਈ ਤਿਕਲੇ ਕਹਿੰਦਾ ਅੱਛਾ ਫਿਰ ਇਹਨਾਂ ਵਾ ਤੂੰ ਮੇਰਾ ਸ਼ਿਸ਼ਾ ਹੈ ਕਹਿੰਦਾ ਹਾਂਜੀ ਕਹਿੰਦਾ ਫਿਰ ਗੁਰੂ ਦਕਸ਼ਨਾ ਦੇ ਕਹਿੰਦਾ ਲਓ ਜੀ ਕਹਿੰਦਾ ਉਹ ਦਰਸਾ ਜੀ ਹੱਥਾਂ ਅੰਗੂਠਾ ਕੱਟ ਕੇ ਇਹ ਇਹ ਸਾਡੇ ਗੁਰੂ ਦੇ ਤੇ ਜੀ ਗੁਰੂ ਦਕਸ਼ਨਾ ਜਿਵੇਂ ਆਪੇ ਵੀ ਸਿੱਖ ਰਿਆ ਮਿੱਟੀ ਦੀ ਮੂਰਤੀ ਬਣਾ ਕੇ ਵੀ ਉਹ ਵੀ ਗੁਰੂ ਦਕਸ਼ਨਾ ਦੇ ਨਾਂ ਤੇ ਉਹਦਾ ਆਰਟ ਖਤਮ ਕਰ ਰਿਹਾ ਹੈ। ਪੁਰਾਣੇ ਜ਼ਮਾਨੇ ਚ ਇਹ ਜੇ ਕਰੂਰ ਰਾਜੇ ਸੁਣੇ ਸੀ ਵੀ ਜਦ ਕਿਸੇ ਤੋਂ ਕੋਈ ਬਹੁਤ ਸੋਹਣੀ ਚੀਜ਼ ਕੋਈ ਬਣਾ ਦਿੰਦਾ ਤਾਂ ਉਹਦੇ ਹੱਥ ਪੈਰ ਵੜੁੰਦੇ ਤਾਂ ਕਿ ਕੋਈ ਹੋਰ ਨਾ ਬਣਾ ਸਕੇ ਭਾਈ। ਇਹ ਕਹਾਣੀਆਂ ਮੈਂ ਬਹੁਤ ਸੁਣੀਆਂ ਨੇ। ਮਰੋ ਕਾਰੀਗਰ ਅਵਦੀ ਕੋਲੀ ਕਾਰੀਗਰੀ ਤੋਂ ਤੁਸੀਂ ਇੰਨਾ ਲੋਕਾਂ ਨੂੰ ਮਰਹੂਮ ਕਰ ਦਿੰਦੇ ਹੋ। ਉਹਨਾਂ ਲੋਕਾਂ ਨੂੰ ਇਹਨੇ ਵਾਂਝੇ ਕਰ ਦਿੰਦੇ ਹੋ ਕਿ ਤੁਹਾਨੂੰ ਸ਼ਰਮ ਨਹੀਂ ਆ ਰਹੀ ਇਸ ਕਰਕੇ ਜਦੋਂ ਸੀ ਧਰਮ ਨੂੰ ਦੇਖਦਾ ਧਰਮ ਹੀ ਗੱਲਾਂ ਨਹੀਂ ਆ ਜਾਂਦਾ ਧਰਮ ਹੀ ਨਹੀਂ ਆ ਜਾਂਦਾ ਇਹ ਗੱਲਾਂ ਧਰਮ ਮਨੁੱਖ ਤੇ ਮਨੁੱਖ ਦਾ ਫਰਕ ਕਿਵੇਂ ਹੈ ਕਹਿੰਦਾ ਇਹ ਤਾਂ ਧਰਮ ਦੇ ਨਾਂ ਦੇ ਉੱਤੇ ਜਿਸੰਦਾ ਇਹ ਹੀ ਕਰਦੇ ਨੇ ਕਿ ਜੀ ਉਹ ਰਾਮ ਨੇ ਤਾਂ ਵੀ ਨਹੀਂ ਮੇਰ ਖਾਦੇ ਸੀ ਫਿਰ ਉਹ ਭਿੰਨ ਦੇ ਮੇਰ ਖਾਣੇ ਪਏ ਜੇ ਉੱਚੀ ਜਾਤੀ ਚੰਗੀ ਹੁੰਦੀ ਹੈ ਉਹ ਤਾਂ ਕੋਈ ਪਾਪ ਨਹੀਂ ਕਰ ਸਕਦੀ ਫਿਰ ਤਾਂ ਰਾਵਣ ਤਾਂ ਬ੍ਰਾਹਮਣ ਸੀ ਉਹਦਾ ਚਾਰੇ ਵੇਦਾਂ ਦਾ ਗਿਆਤਾ ਵੀ ਸੀ ਜੇ ਵੇਦਾਂ ਚੋਂ ਸਿੱਖਿਆ ਮਿਲ ਜਾਂਦੀ ਹੈ ਚਾਰੇ ਵੇਦਾਂ ਦਾ ਗਿਆਤਾ ਸੀ RAM ਮੰਦਰ ਨੇ ਫਿਰ ਉਹਦਾ ਵੱਧ ਕਿਉਂ ਕਰਿਆ ਫਿਰ ਉਹ ਕਿਉਂ ਇਹ ਲੜਾਈ ਹੋਈ ਫਿਰ ਝਗੜੇ ਕਿਉਂ ਹੋਏ ਸੋ ਇਸ ਕਰਕੇ ਇਹ ਜਿਹੜੇ ਨਾ ਇਹ ਗੱਲਾਂ ਬਹੁਤਾਂ ਸਮਝਣੀਆਂ ਔਖੀਆਂ ਨੇ RAM ਮੰਦਰ ਨੂੰ ਇਹਨਾਂ ਨੇ ਇੱਕ ਆਪਣੀ ਸਿਆਸਤ ਦਾ ਨਿਸ਼ਾਨਾ ਬਣਾ ਲਿਆ ਅਜੇ ਮੰਦਰ ਪੂਰਾ ਨਹੀਂ ਹੋਇਆ ਮੰਦਰ ਪੂਰਾ ਹੋਣ ਤੋਂ ਪਹਿਲਾਂ ਹੀ ਪ੍ਰਚਾਰ ਕਰਦੇ ਨੇ Hindu ਤਰਨ ਦੇ ਵਿੱਚ ਇਹ ਹੈ ਕਿ ਕਿਸੇ ਵੀ ਮੰਦਰ ਦੇ ਵਿੱਚ ਕਿਸੇ ਮੂਰਤੀ ਨੂੰ ਨਹੀਂ ਲਗਾਇਆ ਜਾ ਸਕਦਾ ਉਹਦੇ ਵਿੱਚ ਪ੍ਰਾਣ ਪ੍ਰਸਾਦ ਇਹਨਾਂ ਦਾ ਮਤਲਬ ਇਹ ਹੁੰਦਾ ਹੈ ਵੀ ਕੋਈ ਭਜਨ ਕਰਦੇ ਨੇ, ਪਾਠ ਕਰਦੇ ਨੇ, ਅਵਨ ਕਰਦੇ ਨੇ ਜਿਹਦੇ ਨਾਲ ਉਹ ਕਿਉਂਕਿ ਇਹ ਮੰਨ ਲਿਆ ਵੀ ਮੂਰਤੀ ਤਾਂ ਪੱਥਰ ਦੀ ਹੈ ਜਾਂ ਕਾਸੀ ਦੀ ਹੋਰਦੀ ਹੈ ਇਹਦੇ ਚ ਅਸੀਂ ਪ੍ਰਾਣ ਪਾਦੇ ਹਾਂ ਜਾਨ ਤੇ ਉਹ ਪਰ ਪ੍ਰਾਣ ਤਾਂ ਤਾਂ ਪਉਣਗੇ ਜੇ ਮੂਰਤੀ ਤਾਂ ਠੀਕ ਹੋ ਤੇ ਤਾਂ ਤਾਂ ਦੇ ਪਹਿਨਾ ਹੋਵੇ ਖਿਤਾਬ ਕਿੱਥੇ ਵੀ ਜਿੱਥੇ ਮੰਦਰ ਹੋਊਗਾ ਜੇ ਮੰਦਰ ਹੀ ਨਹੀਂ ਬਣਿਆ ਤੇ ਮੂਰਤੀ ਕਿੱਥੋਂ ਸਤਿ ਸੋਣੀ ਹੈ ਭਈ ਜੇ ਤੁਸੀਂ ਬਿਨਾ ਬਣੇ ਮੰਦਰ ਚ ਮੂਰਤੀ ਸਥਾਪਿਤ ਕਰ ਦਿਓ ਜਿਹੜਾ ਘਰ ਹੈ ਜੇ ਬਣਿਆ ਨਹੀਂ ਤੁਹਾਨੂੰ ਜਾ ਕੇ ਉੱਥੇ ਬਿਠਾ ਦੇ ਕੋਈ ਤੇ ਤੁਸੀਂ ਕਿੰਨਾ ਮਾੜਾ ਸਮਝੋਗੇ ਹੁਣ RAMLALLA ਜਿਹੜੇ ਨੇ ਜਦੋਂ ਉਹੋ ਜੇ ਮੰਦਰ ਚ ਬਿਠਾਇਆ ਜਾਣਗੇ ਜਿਹੜਾ ਮੰਦਰ ਹੈ ਜੇ ਪੂਰਾ ਬਣਿਆ ਹੀ ਨਹੀਂ ਤਾਂ RAMLALLA ਕੀ ਮਹਿਸੂਸ ਕਰਨਗੇ ਜੇ RAMLALLA ਮਹਿਸੂਸ ਕਰਕੇ ਇਹ ਤਾਂ ਸੋਧੇ RAMLALLA ਤੋਂ ਮੰਨ ਲਓ ਆਪਾਂ ਜਿਵੇਂ ਹਿੰਦੂਆਂ ਦੀ ਪ੍ਰਤਿਸ਼ਠਾ ਹੈ ਉਹਦੇ ਵਿੱਚ ਫਿਰ ਤਾਂ RAMLALLA ਇਹਨਾਂ ਨੂੰ ਸਜ਼ਾ ਦੇਣਗੇ ਤਾਂ ਇਹ ਹੱਸਦੇ ਹੁੰਦੇ ਨੇ ਆ ਕਹਾਣੀਆਂ ਬਾਰੇ ਵੀ ਹਰਸਿੰਦਰ ਸਿੰਘ ਕੌਰ ਬਾਦਲ ਨੇ ਕਹਿਤਾ ਸੀ ਵੀ ਜੇ ਸਾਡਾ ਇਹ ਬੇਅਦਮੀਆਂ ਚ ਕੋਈ ਹੱਥ ਹੋਵੇ ਤਾਂ ਸਾਡਾ ਕੱਖ ਨਾ ਰਹੇ ਤੇ ਸੱਚਮੁੱਚੀ ਸੋਸ਼ਲ ਮੀਡੀਆ ਚ ਕੀ ਜਾਂਦੇ ਨੇ ਵੀ ਗੁਰੂ ਸਾਹਿਬ ਨੇ ਉਹਦੀ ਸੁਣ ਲਈ ਵਾਹ ਗੁਰੂ ਜੀ ਨੇ ਸੁਣ ਲਈ ਉਹਦੇ ਚਾਲੇ ਸੰਭਲੀ ਆ ਜੋ ਹਾਲ ਹੈ ਫਿਰ ਜੀ ਰਾਮ ਲਾਲਾ ਲਈ ਪਾਸੇ ਵੀ ਐਂ ਹੋ ਗਿਆ ਵੀ ਰਾਮ ਲਾਲਾ ਨਾਰਾਜ਼ ਹੋ ਕੇ ਵੀ ਤੁਸੀਂ ਤਾਂ ਭਾਈ ਮੈਨੂੰ ਜਿਹੜਾ ਮੰਦਰ ਨਹੀਂ ਬਣਿਆ ਉੱਥੇ ਬਿਠਾ ਰਹੇ ਹੋ ਮੈਂ ਕੋ ਆਪਦੇ ਮਨੋਂ ਨਹੀਂ ਲਾ ਕੇ ਕਹਿ ਰਿਹਾ ਮੈਂ ਤੁਹਾਨੂੰ ਆ ਗ੍ਰਾਂਟ ਦਿੰਨੇ ਸਰ ਇਹ ਕੋਈ ਆਇਆ ਨਹੀਂ ਆ ਮੇਰਾ ਕੋਈ ਕਿਸੇ ਨਾਲ ਆ ਵੀ ਤੁਸੀਂ ਭਾਈ ਪੂਰਾ ਦਾ ਘਰ ਬੋਸਣੋ ਪੂਰਾ ਹੋ ਜਾਏਗਾ ਪਰਾਨ ਪਲਸਟਾ ਹੋਏਗੀ ਅਸੀਂ ਕਿਉਂਕਿ ਮੈਨੂੰ ਤਾਂ ਜਾਣਾ ਪੈਂਦਾ ਹੈ ਰਿਸ਼ਤੇਦਾਰੀਆਂ ਚ ਘਰਾਂ ਚ ਜਿੱਥੇ ਕੋਈ ਸਮਾਗਮ ਨੇ ਜਿੱਥੇ ਮੈਂ ਜਾਣਾ ਤਾਂ ਹੁਣ ਉੱਥੇ ਐ ਥੋੜਾ ਵੀ ਮੈਂ ਕਹਾਂਗਾ ਵੀ ਮੈਂ ਤਾਂ ਜੀ ਤੁਹਾਡੇ ਨਾਲ ਹੁਣ ਹੱਥ ਨਹੀਂ ਜੋੜਨੇ ਮੈਂ ਤਾਂ ਹੁਣ ਹਵਨ ਚ ਹਿੱਸਾ ਨਹੀਂ ਲੈਣਾ ਇਹ じゃ ਮੈਨੂੰ ਕੋਈ ਚੇਚਕ ਨਹੀਂ ਹੈ ਕੇ ਪਰ ਜੇ ਕੋਈ ਉੱਥੇ ਗਲਤ ਕਰ ਰਹਾ ਇਥੋਂ ਤੱਕ ਕਿ ਉਹਨਾਂ ਨੂੰ ਪਤਾ ਹੈ ਮੇਰੀ رائے ਲੈਂਦੇ ਨੇ ਕਿਈ ਜਗ੍ਹਾ ਤੇ ਜੀਕਾ ਠੀਕ ਆ ਸੀ ਐਂ ਕਰਦੇ ਵਿਧੀ ਵਿਧਾਨ ਨਹੀਂ ਕਰਨਾ ਕਰਦਾ ਮੇਰਾ ਇੱਕੋ ਹੀ ਹੁੰਦਾ ਹੈ ਤੇ ਭਾਈ ਜਿਹੜਾ ਵਿਧੀ ਵਿਧਾਨ ਤੈਅशुदा ਹੈ ਉਹਨੂੰ ਤੋੜੋ ਨਾ ਕਾਲੀ ਚ ਕਾਲੀ ਕਰਕੇ ਤੁਹਾਨੂੰ ਲੋੜ ਹੈ ਤੇ ਨਾ ਹੀ ਕਰੋ ਉਦੋਂ ਨਾ ਹੀ ਕਰੋ ਕੋਈ ਜ਼ਰੂਰੀ ਨਹੀਂ ਕਰਨਾ ਮੇਰੇ ਸਾਹ ਨਾਲ ਪਰ ਜੇ ਤੁਸੀਂ ਕਰਨਾ ਹੈ ਤਾਂ ਵਿਧੀ ਦੇ ਨਾਲ ਕਰੋ ਨਹੀਂ ਤਾਂ ਨਾ ਕਰੋ ਕਿਉਂ ਮੈਂ ਕਹਿ ਰਿਹਾ ਇੱਕ ਮੈਂ ਕੀ ਇਹ ਵਿਗਿਆਨਕ ਸੋਚ ਹੈ ਜੇ ਮੈਂ ਆਪਰੇਸ਼ਨ ਕਰਨਾ ਹੈ ਤਾਂ ਪੂਰਾ ਸਟਰਵਾਈਜ਼ ਕਰਕੇ ਕਰਾਂ ਜੇ ਜੇ ਬਿਨਾ ਸਟੈਟਾਈਜ਼ ਕਰੇ ਕਰਾਂਗਾ ਤਾਂ ਮਰੀਜ਼ ਨੂੰ ਪੀਕ ਪੇਜ ਹੋਊਗੀ ਮਰੀਤ ਮਰ ਜਾਊਗਾ ਉਹ ਸਦਾ ਕੁਦਰਤੀ ਕੰਦਾ ਬਾਤ ਵੀ ਲਵੇ ਪਰ ਮੈਨੂੰ ਤਾਂ ਪਤਾ ਹੈ ਮੈਨੂੰ ਤਾਂ ਗਿਆਨ ਹੈ ਇਸ ਕਰਦਾ ਵੀ ਜੇ ਇਹ ਪੂਰੇ ਇਨਸਟਰੂਮੈਂਟ ਪਵਿੱਤਰ ਨਾ ਕਰੇ ਅਗਨੀ ਚ ਪਾ ਕੇ ਇਹਨਾਂ ਦੀ ਤਾਂ ਸੱਚ ਕਹਿ ਰਿਹਾ ਮੈਂ ਕਿ ਫਿਰ ਤਾਂ ਇਹਨਾਂ ਨਾਲ ਆਪਰੇਸ਼ਨ ਜਿਹੜਾ ਹੈ ਉਹ ਸਫਲ ਨਹੀਂ ਹੋਣਾ ਕਿ ਜੇ ਮੈਂ ਫੇਰ ਵੀ ਕਰਦਾ ਇਹ ਤਾਂ ਮਤਲਬ ਜਾਂ ਤਾਂ ਮੈਨੂੰ ਪੈਸਿਆਂ ਦਾ ਲਾਲਚ ਆ ਜਾਂ ਮੈਂ ਕੋਈ ਦਿਖਾਵਾ ਕਰਨਾ ਚਾਹਣਾ ਜਾਂ ਮੈਂ ਕੁਝ ਹੋਰ ਕਰਨਾ ਚਾਹਣਾ ਮੈਂ ਅਸਲੀ ਕੰਮ ਤਾਂ ਕਰ ਨਹੀਂ ਰਹੀ ਕਿਉਂਕਿ ਵਿਧੀ ਵਿਧਾਨ ਤਾ ਹੈ ਪਵਿੱਤਰ ਹੈ ਜਿਸ ਨੂੰ ਨਹੀਂ ਕਹਿਦੀ ਹੈ ਉਹ ਉਹ ਅਗਨੀ ਚ ਪਵਿੱਤਰ ਹੋਣੇ ਚਾਹੀਦੇ ਨੇ ਸੋ ਬਿਨਾ ਪਵਿੱਤਰ ਕਰੇ ਮੈਂ ਉਹਨਾਂ ਨਾਲ ਦੇ ਆਪਰੇਸ਼ਨ ਕਰ ਰਹੀ ਹਾਂ ਤਾਂ ਮੇਰੇ ਮਨ ਚ ਢਿਨ ਮਨਹੋਰ ਮੁਖ ਹੋਰ ਸਿਕੰਧ ਕੱਚੀ ਆ ਦੀ ਗੱਲ ਹੈ ਸੋ ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਰਾਮ ਦਰਦਾ ਦੀ ਮੂਰਤੀ ਸਥਾਪਿਤ ਕਰਨੀ ਉਹਦਾ ਪੂਰਾ ਭਰ ਸਵਾਗਤ ਕਰਨਾ ਉਹਦੇ ਚ ਪੂਰੇ ਜੰਤਰ ਮੰਤਰ ਸਾਰੇ ਵਰਤਨੇ ਪੂਰੇ ਉੱਤੇ ਯੱਗ ਕਰਨੇ ਉੱਤੇ ਆਵਨ ਕਰਨੇ ਤੇ ਪ੍ਰਾਨ ਪ੍ਰਸਥਾ ਕਰਨੀ ਪੂਰਾ ਕੱਠ ਕਰਨਾ ਠੀਕ ਹੈ ਪਰ ਸਵਾਲ ਇਹ ਵੀ ਪਹਿਨਾ ਉਹ ਜਗਾ ਤਾਂ ਬਣਾ ਲਓ ਤਾਂ ਬਣੀ ਨਹੀਂ ਤੁਸੀਂ ਕਰਕੇ ਇਹਦਾ ਮਤਲਬ ਇਹ ਹੈ ਜਿਵੇਂ ਪੁਰਾਣੇ ਜ਼ਮਾਨੇ ਚ ਕਹਿੰਦੇ ਵੀ ਸ਼ਰਾਪ ਵੀ ਲੱਗ ਜਾਂਦਾ ਹੁੰਦਾ ਹੈ ਇੰਜਾਂ ਦੀ ਚੀਜ਼ਾਂ ਦਾ ਤੇ ਸ਼ਰਾਬ ਤੋਂ ਬਚਨ ਇਹ ਮੰਨਦੇ ਨੇ ਵੀ ਇਹ ਸ਼ਰਾਬ ਲੱਗ ਸਕਦਾ ਹੈ ਫਿਰ ਰਾਮ ਲੱਲਾ ਦਾ ਇਹਨਾਂ ਨੂੰ ਸ਼ਰਾਪ ਨਹੀਂ ਲੱਗੂਗਾ ਇਹਦਾ ਮਤਲਬ ਇਹ ਹੋਇਆ ਵੀ ਜਾ ਤਾਂ ਇਹ ਵਿਧੀ ਬਤਾਨ ਜਿਹੜਾ ਉਹਨੂੰ ਅੰਦਰੋਂ ਤਾਂ ਮੰਨਦੇ ਨਹੀਂ ਉੱਤੋਂ ਤੋਂ ਦਿਖਾਵਾ ਕਰਦੇ ਨੇ ਇਸ ਕਰਕੇ ਕਹਿੰਦੇ ਫੇਰ ਕੀ ਹੋਗਾ ਜੀ ਕੰਪਲੀਟ ਨਹੀਂ ਹੈਗਾ ਆਪਾਂ ਤਾਂ ਆਪਣੀਆਂ ਮੋਟਾਂ ਦੀ ਗੱਲ ਲੈਣੀ ਹੈ ਇਹ ਸੱਚੀ ਮੁੱਚੀ ਜਿਹੜਾ ਕਿ ਬਹੁਤ ਲੋਕਾਂ ਨੇ ਮੰਨਦੇ ਡਰਫੰਦਾ ਸੱਚੀ ਮੁੱਚੀ ਕਿਉਂਕਿ ਆਮ ਲੋਕਾਂ ਨੂੰ ਅੰਦਰ ਆਪ ਦਾ ਡਰ ਹੈਗਾ ਹੀ ਹੈ ਆਪਦੇ ਆਪ ਦੇ ਇਸ਼ਟ ਦਾ ਡਰ ਹੈਗਾ ਹੀ ਹੈ ਇਹ ਸੱਚੀ ਮੁੱਚੀ ਇਹਨਾ ਚਾਹੀਏ ਹੈ ਕਿ ਵੀ ਇਹ ਇਹ ਡਰਦੇ ਨੇ ਇਹ ਇੱਜ਼ਤ ਕਰਦੇ ਨੇ ਇਹ ਸੱਚੀ ਮੁੱਚੀ ਜਿਦੋਂ ਕਿੰਨੇ ਵਿਵ ਕਰਨ ਹਾਰ ਐ ਸਭ ਕੁਝ ਤੇ ਫਿਰ ਜਿਹੜੀ ਇਹ ਅਧ ਵਿਚਾਲਾ ਜਿਹੜੀ ਪ੍ਰਾਨ ਪ੍ਰਸ਼ਸਾ ਕਰਨੀ ਆ ਇਹ ਗਲਤ ਹੈ ਇਹਨਾਂ ਨੂੰ ਹੁਣ ਤਾਂ ਪਤਾ ਲੱਗਿਆ ਨਾ ਹੁਣ ਤਾਂ ਚਾਰ ਸ਼ੰਕਰਚਾਰੀਆ ਨੇ ਕਹਿਤਾ ਉਹ ਸ਼ੰਕਰਚਾਰੀਆ ਕਹਿ ਕੰਨ ਲੈ ਲੈ ਇਹ ਸੋਮੈਨ ਨੂੰ ਆ ਲੱਗਿਆ ਵੀ ਜਿਹੜੇ ਵੀ ਚਾਹੇ ਉਹਦੇ ਚਾਪ ਆਲੇ ਕਹਿੰਗਾ ਸੀ ਹਨੂਮਾਨ ਚੱਲ ਸਫਲਾਂਗੇ ਚਾਹੇ ਹਿੰਦੂਆਂ ਨੂੰ ਕਾਲ ਦੇ ਦੇਣ ਵੀ ਹੁਣ ਤੁਸੀਂ ਸੁੰਦਰ ਕਾਂਡ ਦਾ ਪਾਠ ਕਰੋ ਚਾਹੇ ਇਹ ਕਿਸੇ ਨੂੰ ਕਹਿ ਦੇਣ ਵੀ ਤੁਸੀਂ ਰੋਜ਼ ਆਰਤੀ ਗਾਇਆ ਕਰੋ ਚਾਹੇ ਕੋਈ ਕਹ ਦੇਣਾ ਵੀ ਤੁਸੀਂ ਜੀ ਅ ਗੀਤਾ ਦਾ ਪਾਠ ਕਰੋ ਫਲਾਣ ਇਹਦੇ ਆ ਇਹ ਕਹਿ ਜੋ ਮਰਜੀ ਦੇਣਾ ਇਹ ਸਿਰਫ ਭੀੜ ਤੰਤਰ ਬਣਾਉਣ ਦੀ ਗੱਲ ਹੈ ਇਹ ਨਾ ਗੀਤਾ ਦਾ ਗਿਆਨ ਦੇਣ ਦੀ ਗੱਲ ਹੈ ਨਾ ਸੁੰਦਰ ਕਾਂਟ ਦਾ ਗਿਆਨ ਦੇਣ ਦੀ ਗੱਲ ਹੈ ਨਾ ਹਨੂਮਨ ਚਾਲੀਸਾ ਦਾ ਗਿਆਨ ਦੇਣ ਦੀ ਗੱਲ ਹੈ ਇਹ ਧਰਮ ਜਿਹੜਾ ਇਹਨਾਂ ਨੇ ਸਿਆਸਤ ਦੇ ਵਿੱਚ ਥੱਲੇ ਡਾ ਕੇ ਧਰਮ ਨੂੰ ਥੱਲੇ ਡਾ ਲਿਆ ਸਿਆਸਤ ਦੇ ਤੇ ਧਰਮ ਦੇ ਨੂੰ ਸਿਆਸਤ ਵਾਸਤੇ ਆਪਜੀ ਸਿਆਸਤ ਵਾਸਤੇ ਉਹ ਵੀ ਸਿਆਸਤ ਵੀ ਚੰਗੀ ਸਿਆਸਤ ਵਾਸਤੇ ਨਹੀਂ ਕਿਉਂ ਨਾਲ ਦੀ ਸਿਆਸਤ ਵਾਸਤੇ ਬਕਰ ਰਹੇ ਨੇ ਇਹ ਗੱਲ ਬਾੜੀ ਹੈ ਬਿਲਕੁਲ ਬਿਲਕੁਲ ਜਦੋਂ ਤੁਸੀਂ ਰਾਜ ਧਰਮ ਨਿਭਾਉਣ ਦੀ ਥਾਂ ਦੇ ਉੱਤੇ ਸਿਆਸਤ ਇਸ ਕਦਰ ਇਸ ਨਿਵਾਣਾ ਤੱਕ ਲੈ ਜਾਂਦੇ ਫਿਰ ਉਦਾਂ ਹੀ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਅੱਜ ਤੁਸੀਂ ਸੁੰਦਰ ਕਾਂਡ ਦੀ ਗੱਲ ਕਰ ਲਓ ਜਰਾ ਹਨੂਮਾਨ ਚਲੀਸਾ ਦੀ ਗੱਲ ਕਰ ਲਓ ਕੱਲ ਨੂੰ ਫਿਰ ਤੁਹਾਨੂੰ ਕੋਈ ਕਹੇਗਾ ਕਿ ਤੁਸੀਂ ਗੁਰੂ ਘਰ ਦੇ ਵਿੱਚ ਆ ਕੇ ਇਹ ਵਾਲੇ ਪਾਠ ਦੇ ਵਿੱਚ ਹਾਜ਼ਰੀ ਭਰੋ ਜਾ ਉਸ ਤਰੀਕੇ ਨਾਲ ਇਹਨੂੰ ਸਟੇਟ ਦਾ ਪ੍ਰੋਗਰਾਮ ਬਣਾ ਦਿੱਤਾ ਗਿਆ ਨਾ ਉਧਰ ਮੁਲਕ ਦੇ ਵਿੱਚ ਉਹ ਪ੍ਰੋਗਰਾਮ ਉਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਉਧਰ ਸਟੇਟ ਦੇ ਪ੍ਰੋਗਰਾਮ ਚੱਲ ਪੈਣ ਫਿਰ ਕੱਲ ਨੂੰ ਚਰਚਾ ਲਈ ਕਹਿਣਗੇ ਸਾਡੇ ਨਾਲ ਤੁਰੋ ਫਿਰ ਤੁਸੀਂ ਕਿਹੜੇ ਕਿਹੜੇ ਪਾਸੇ ਵੱਲ ਤੁਰੋਗੇ ਤੁਸੀਂ ਮਤਲਬ ਕੀ ਦਿਖਾਵਾ ਉਹਦੇ ਵਿੱਚੋਂ ਕਰਕੇ ਕੀ ਲੋਕਾਂ ਨੂੰ ਜਨਾਓਗੇ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਕਾਸ ਦੀਆਂ ਲੀਹਾਂ ਤੇ ਚੱਲ ਰਹੇ ਆ ਅਸੀਂ ਵਿਗਿਆਨ ਦੇ ਰਾਹ ਤੇ ਵੀ ਤੁਰ ਰਹੇ ਆ ਅਸੀਂ ਚੰਦਰਮਾ ਤੱਕ ਪਹੁੰਚ ਕੇ ਫਿਰ ਤੁਸੀਂ ਉਹਨਾਂ ਸਾਰਿਆਂ ਨੂੰ ਨਕਾਰ ਕੇ ਤੁਸੀਂ ਕਈ 100 ਸਾਲ ਹਜ਼ਾਰਾਂ ਸਾਲ ਜਿਹੜਾ ਉਹ ਪਿੱਛੇ ਜਾਣ ਦੀਆਂ ਗੱਲਾਂ ਕਰਦੇ ਉਹ ਉਹਨੂੰ ਉਸ ਤਰੀਕੇ ਨਾਲ ਇੰਟਰਪ੍ਰੀਟ ਕਰ ਰਹੇ ਹੋ ਫਿਰ ਸਵਾਲ ਖੜੇ ਹੁੰਦੇ ਨੇ ਡਾਕਟਰ ਸਾਹਿਬ ਵੀ ਇੱਕ ਬੜਾ ਅਹਿਮ ਸਵਾਲ ਹੈ ਹੁਣ ਇੱਥੇ ਕਿ ਇੱਕ Hindu ਹੋਣ ਦੇ ਨਾਤੇ ਤੁਸੀਂ ਕਿਉਂਕਿ Hindu ਪਰਿਵਾਰ ਤੋਂ ਸੰਬੰਧਤ ਹੋ ਤੁਸੀਂ ਜਿਹੜੇ ਤੁਹਾਡੇ ਵਕਤ ਵਕਤ ਗ੍ਰੰਥ ਨੇ ਉਹਨਾਂ ਦਾ ਵੀ ਅਧਿਐਨ ਕੀਤਾ ਹੋਇਆ ਹੈ ਤੁਸੀਂ ਉਹਨਾਂ ਦਾ ਮਤਲਬ ਕਿ ਨਾਲ-ਨਾਲ ਸਲੋਕ ਦੱਸ ਦਿਓ ਤਾਂ ਉਤੋਂ ਪਤਾ ਲੱਗਦਾ ਤੁਸੀਂ ਗੁਰਬਾਣੀ ਦਾ ਵੀ ਅਧਿਐਨ ਕੀਤਾ ਹੋਇਆ ਹੈ ਗੁਰਬਾਣੀ ਦਾ ਵੀ ਤੁਸੀਂ ਜ਼ਿਕਰ ਕਰ ਦਿਓ ਕਿ ਗੁਰਬਾਣੀ ਕੀ ਕਹਿ ਰਹੀ ਹੈ ਹੁਣ ਜਿਹੜੀ ਇੱਕ ਚਰਚਾ ਛਿੜ ਰਹੀ ਹੈ ਕਿ ਸਨਾਤਨੀ ਹਿੰਦੂਏ ਦੇ ਬਾਰੇ ਜਾਂ ਉਹ ਲੋਕ ਜਿਹੜੇ ਮਤਲਬ ਕਿ ਆਰਐਸਐਸ ਦੀ ਜਿਹੜੀ ਸਿਆਸਤ ਆ ਉਹਨੂੰ ਪਰਨਾਏ ਹੋਏ ਨੇ ਉਹ ਇਹਦੇ ਬਾਰੇ ਕੀ ਸੋਚਦੇ ਨੇ ਜਾਣਾ ਚਾਹੀਦਾ ਹੈ ਜਾਂ ਜਿਵੇਂ ਸਿਆਸੀ ਤੌਰ ਤੇ ਵਖਰੇਵੇਂ ਆ ਗਏ ਨਾ ਕਾਂਗਰਸ ਨੇ ਕੁਝ ਹੋਰ ਕਿਹਾ ਮਮਤਾ ਬਨਰਜੀ ਕੁਝ ਹੋਰ ਕਹਿ ਰਹੇ ਨੇ ਭਾਜਪਾ ਦੀ ਧਿਰ ਆ ਹੋਰ ਕੁਝ ਕਹਿ ਰਹੀ ਹੈ ਇਸੇ ਟੰਗ ਦੇ ਨਾਲ ਜਿਹੜੀ ਸਿੱਖਾਂ ਦੇ ਵਿੱਚ ਉਹ ਇਹ ਹੈ ਕਿ ਜਥੇਦਾਰ ਸਾਹਿਬ ਕੀ ਕਹਿਣਗੇ ਜਾਂ ਬਾਕੀ ਵਿਦਵਾਨ ਜਿਹੜੇ ਨੇ ਉਹ ਜਿਹੜੇ ਪ੍ਰੋ ਹਿੰਦੂ ਨੇ ਉਹ ਕੀ ਸੋਚਦੇ ਨੇ ਜਿਹੜੇ ਮਤਲਬ ਕਿ ਵੱਖ-ਵੱਖ ਗ੍ਰੰਥਾਂ ਦੇ ਵਿਆਖਿਆਕਰਤਾ ਨੇ ਉਹ ਕੀ ਸੋਚਦੇ ਨੇ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਜੇ ਆਪਾਂ ਮਤਲਬ ਕਿ ਇੱਕ ਅਧਿਆਨ ਦੇ ਤੌਰ ਉੱਤੇ ਜਾਂ ਗਿਆਨ ਦੇ ਤੌਰ ਉੱਤੇ ਸਮਝਿਆ ਜਾਵੇ ਕਿ ਇੱਕ ਹਿੰਦੂ ਦੇ ਨਜ਼ਰੀਏ ਤੋਂ ਇੱਕ ਸਿੱਖ ਦੇ ਨਜ਼ਰੀਏ ਤੋਂ ਵਕ ਵਕ ਫਿਰ ਕਹਿੰਦੇ ਨਜ਼ਰੀਏ ਤੋਂ ਕਿ ਉੱਥੇ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਜੈ ਇਸ ਇਵੈਂਟ ਨੂੰ ਇਸ ਜਿਹੜਾ ਸਬਾਰੋ ਹੈ ਇਹਨੂੰ ਕਿਵੇਂ ਲੈਣਾ ਚਾਹੀਦਾ ਇਹ ਸਭ ਕੋ ਗੱਲ ਇਹ ਹੈ ਵੀ ਜਿਹੜੇ ਹਿੰਦੂਤਨ ਦੇ ਗ੍ਰੰਥ ਨੇ ਇਹਨਾਂ ਤਾਂ ਮੈਂ ਇਹ ਮਨ ਉਸ ਮਰਤੀ ਦੀ ਬਾਤ ਜਾਵਾਂਗਾ ਜਿਹੜੇ ਗ੍ਰੰਥ ਨੇ ਉਹ ਵਿਧੀ ਵਿਵਧਾਨ ਤੋਂ ਬਾਹਰ ਨਹੀਂ ਜਾਦ ਹੁੰਦੇ ਬੰਦੇ ਨੇ ਜਿਹੜੀ ਜੰਗ ਵੀ ਹੁੰਦੀ ਸੀ ਸੂਰਛੇਪੇ ਤੋਂ ਬਾਅਦ ਉਹ ਨਹੀਂ ਜਿਵਾਉਂਦੇ ਸੀ ਮਹਾਪਰਦੇ ਦੀ ਜੰਗ 'ਚ ਵੀ ਉਹ ਉਦਾਹਰਣ ਐਸੀ ਜਿਹੜੇ ਉਦਾਹਰਣ ਆ ਪਤਾ ਕਹਾਂਗੇ ਬਈ ਨੈਤਿਕ ਮੰਨੇ ਜਾਂਦੇ ਨੇ ਕੋਈ ਕਿਹੇ ਤੇ ਮੰਨਿਉ ਕੱਲਾ ਸੀ ਜਦੋਂ ਚੱਕਰ ਵਿੱਚ ਜਾਣਾ ਅੰਦਰ ਤੋਂ ਜਾਣਾ ਜਾਣਦਾ ਸੀ ਬਾਹਰ ਨਿਕਲਣਾ ਨਹੀਂ ਜਾਣਦਾ ਸੀ ਅਮੰਨਿਉ ਨੂੰ ਅਜਨੇ ਡੋਕਾ ਨੇ ਛੋਟੇ ਬੱਚੇ ਨੂੰ ਫੜ ਕੇ ਕਤਲ ਕਰ ਦਿੱਤਾ ਪਰਮਾਤਮਾ ਕੀ ਗੱਲ ਕਰਪਾ ਕਰੋ ਥੇੜ ਜਿਆਦਾ ਗਰੰਦਾਰਾ ਰੱਥ ਸੀ ਉਹ ਰੱਥ ਠੀਕ ਕਰਨ ਲੱਗਿਆ ਪਈਆ ਚੜਾਉਣ ਲੱਗਿਆ ਤੇ ਫੇਰ ਬਾਣ ਚੜਾਈ ਉਹ ਕਹਿੰਦੇ ਵੀ ਮੈਂ ਤਾਂ ਰੱਥ ਠੀਕ ਕਰਾਂ ਕਹਿੰਦਾ ਜਿੱਦ ਜਿਆਦਾ ਮਨੂ ਨੂੰ ਮਾਰਿਆ ਸੀ ਉਦੋਂ ਨਹੀਂ ਜਾਦ ਸੀ ਉਦੋਂ ਮर्यादा ਨਹੀਂ ਇਹ ਦੋਵਾਲ ਮर्यादा ਟੁੱਟਿਆ ਇਹਨੇ ਮर्याਦਾ ਨਹੀਂ ਥੋੜ ਦੇਤੀ ਜੰਗ 'ਚ ਵੀ ਮर्याਦਾ ਕੁਛ ਹੁੰਦੀ ਆ ਹਾਲਾਂਕਿ ਦ੍ਰੋਪਦੀ ਦਾ ਚੀਰ ਹਰਨ ਕਰਨ ਵੇਲੇ ਮर्याਦਾ ਤੋੜੀ ਹੀ ਗਈ ਸੀ ਤੇ ਨਹੀਂ ਤਾਂ ਚੀਰ ਹਰਨ ਕਰਦੀ ਬਹੁਦਾ ਨਹੀਂ ਹੋਏਗਾ ਤੋਂ ਇਹ ਜਿਹੜਾ ਧਰਮ ਦੇ ਨਾਂ ਦੇ ਉੱਤੇ ਜਾਂਦੇ ਕਰਿਆ ਜਾ ਰਿਹਾ ਹੈ ਇਹ ਧਰਮ ਦੇ ਨਾਂ ਤੇ ਸਿਆਸਤ ਕੀਤੀ ਜਾ ਰਹੀ ਹੈ ਇਸ ਕਰਕੇ ਜਿਹਨੀਆਂ ਤੇ ਸਿਆਸੀ ਪਾਰਟੀਆਂ ਨੇ ਮਨਾ ਕਰਿਆ ਉਹ ਤਾਂ ਠੀਕ ਕਰਿਆ ਵੀ ਇਹ ਭਾਜਪਾ ਦੀ ਸਿਆਸਤ ਅਸਿਕਰ ਦੇ ਵਾਸਤੇ ਜਾਣਾ ਭਾਜਪਾ ਦਾ ਪਾਰਟੀ ਦਾ ਫੰਕਸ਼ਨ ਹੈ ਉਹ ਪਾਰਟੀ ਦਾ ਗਾਹੋਂ ਵੀ ਧਰਮ ਦੇ ਨਾਂ ਤੇ ਫੰਕਸ਼ਨ ਕਰਿਆ ਜਾ ਰਿਹਾ ਹੈ ਤੁਸ ਕਿਉਂ ਜਾਣਗੇ ਉੰਜ ਕਈ ਵਾਰ ਜਿਹਨੀਆਂ ਪਾਰਟੀਆਂ ਹੁੰਦੀਆਂ ਨੇ ਇੱਕ ਦੂਜੀ ਦੀ ਪਾਰਟੀ ਦੇ ਫੰਕਸ਼ਨਾਂ ਚੱਲੀਆਂ ਜਾਂਦੀਆਂ ਨੇ ਪਰ ਇੱਥੇ ਧਾਰਮਿਕ ਫੰਕਸ਼ਨ ਹੈ ਔਰ ਕਾਹਿੰਦੀ ਵੀ ਹਿੰਦੂਆਂ ਦਾ ਫੰਕਸ਼ਨ ਹੈ ਬੀਜਪੀ ਆ ਕਦਾਵਦਾ ਨਹੀਂ ਕਹਿੰਦੀ ਤੇ ਇਸ ਕਰਕੇ ਉਹਨਾਂ ਆਟੀਆਂ ਦਾ ਨਾਂ ਜਾਣਾ ਬਿਲਕੁਲ ਠੀਕ ਹੈ ਬਲਕਿ ਮੈਂ ਕਹਾਂਗਾ ਕਾਂਗਰਸ ਨੇ ਇਸ ਪੱਖੋਂ ਵੀ ਕਰੇ ਵੀ ਇਹ ਧਰਮ ਨਿਰਪੱਖ ਦੇਸ਼ ਹੈ ਕਾਂਗਰਸ ਪਹਿਲਾਂ ਆਪ ਹੀ ਚੁਰਕਣੋਂ ਲੱਗੇ ਸੀ ਬਲਕਿ ਜੇ ਕੋਈ ਚਾਹੇ ਉਹ ਉਦਾਹਰਨਾਂ ਦੇ ਵਿੱਚ ਮੈਂ ਗੱਲ ਕਰਾਂਗਾ ਇੱਕ ਤਾਂ ਜੇ ਕੋਈ ਚਾਹੇ ਵੀ ਮੈਂ ਸਿੱਖੀ ਦੇ ਪੈਰਲਲ ਹੋ ਕੇ ਕਿ ਅਕਾਲੀ ਦਲ ਦਾ ਮੁਕਾਬਲਾ ਕਰ ਸਕਦਾ ਸਿੱਖ ਧਰਮ ਨੂੰ ਵਰਤ ਕੇ ਕੋਈ ਨਹੀਂ ਕਰ ਸਕਦਾ ਫਿਰ ਉਹ ਮੂਵਮੈਂਟ ਸਿੱਖ ਧਰਮ ਦੀ ਚਲਾਵੇ ਇਸੇ ਤਰ੍ਹਾਂ ਜਿਹੜਾ ਕੋਈ ਸੋਚਦੇ ਨੇ ਕਾਂਗਰਸ ਵਾਲੇ ਹੋਰ ਵੀ ਅਸੀਂ Hindu ਧਰਮ ਦਾ Hinduwadi ਬਣ ਕੇ Hindu ਧਰਮ ਦੇ ਰਾਖੇ ਬਣ ਕੇ ਇਸ ਜੀਕੇ ਨਾਲ ਤੇ ਜੋ ਵੀ ਅਸੀਂ ਕਰਨਾ ਉਹ ਕਰ ਸਕਦੇ ਆ ਉਹਦੇ ਵਿੱਚ BJP ਨਾਲ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਜਿਵੇਂ ਕਿ ਜੇ ਜਿਹੜੇ ਅਕਾਲੀ ਨੇ ਇਹ ਸੋਚਣ ਵੇ ਅਸੀਂ ਹੁਣ ਲੋਕਾਂ ਦੇ ਵਿੱਚ ਪਾਟਕ ਪਾ ਕੇ ਲੜਾ ਕੇ ਜਿਵੇਂ ਤੈਨਾਂ ਖੜਕੂ ਲਹਿਰਵੇਲੇ ਸੀ ਅਕਾਲੀ ਖੜਕੂ ਨਹੀਂ ਹੋ ਸਕਦੇ ਅਕਾਲੀ ਖੜਕੂ ਨਾਲ ਮੁਕਾਬਲਾ ਹੀ ਨਹੀਂ ਕਰ ਸਕਦੇ ਖੜਕੂ ਆਪਣੇ ਚ ਕਿਉਂਕਿ ਉਹ ਤਾਂ ਸੂਲੀ ਹੋਰ ਹੈ ਅਕਾਲੀ ਤਾਂ ਕਰਦੇ ਨਹੀਂ ਨਾ پائی ਸਾਡਾ ਤਾਂ ਉਹ ਲੈਣ ਦੇ ਨੂਰ ਪਾਇਆ ਕੋੰਦਸ ਦੇ ਸੰਬੰਧਿਆ ਸਭੇ ਸੰਗੀ ਬਾਤ ਸੁਦਾਣ ਦੀ ਗੱਲ ਹੈ ਸਾਡੇ ਤਾਂ ਕੋਈ ਫਰਕ ਹੀ ਨਹੀਂ ਹੈਗਾ ਮਾਨਸ ਕੀ ਜੱਤ ਸਰਵੇ ਕਹੇ ਤਾਹ ਚਾਨਦ ਉਹ ਹੈ ਸਾਡੀ ਤਾਂ ਤਲਵਾਰ ਜੀ ਦੀ ਹੈ ਸਾਡੀ ਤਾਂ ਕਟਾਰ ਦੀ ਹੈ ਸਾਡੀ ਤਾਂ ਤਲਵਾਰ ਮਜ਼ਲੂਮ ਦੇ ਹੱਕ ਵਾਸਤੇ ਖੜੀ ਹੁੰਦੀ ਹੈ ਤੇ ਜ਼ਾਲਮ ਦੇ ਗਰਦਨ ਉਂਦੀ ਹੈ ਸਾਡੀ ਤਲਵਾਰ ਇਸ ਵਾਸਤੇ ਨਹੀਂ ਹੈ ਕਿ ਅਸੀਂ ਕਿਸੇ ਮਜ਼ਲੂਮ ਦੇ ਉੱਤੇ ਹਮਲਾ ਕਰਾਂਗੇ ਵਾਰ ਕਰਾਂਗੇ ਸੋ ਇਸ ਕਰਕੇ ਇਹ ਫਰਕ ਹੁੰਦਾ ਹੈ ਕਾਂਗਰਸ ਨੇ ਚੰਗਾ ਕਰਿਆ ਜੇ ਕਾਂਗਰਸ ਸੋਚਦੀ ਵੀ ਅਸੀਂ ਮੰਦਰਾ ਚ ਜਾ ਕੇ ਅਸੀਂ ਤਿਲਕ ਲਗਾ ਕੇ ਅਸੀਂ ਵੱਡੀ ਮਾਲਾ ਪਾ ਕੇ ਭਾਜਪਾ ਦਾ ਮੁਕਾਬਲਾ ਕਰ ਲਾਂਗੇ ਫਿਰ ਉਹ ਪ੍ਰੇਖਿਚ ਨੇ ਭਾਜਪਾ ਦਾ ਮੁਕਾਬਲਾ ਧਰਮ ਹਿੰਦੂ ਧਰਮ ਦੇ ਨਾਂ ਤੇ ਕੋਈ ਵੀ ਪਾਰਟੀ ਨਹੀਂ ਹੋਰ ਕਰ ਸਕਦੀ ਮੈਨੂੰ ਲੱਗਦਾ ਕਰਨਾ ਵੀ ਨਹੀਂ ਚਾਹੀਦਾ ਇਹ ਤਾਂ ਚੋਨਾ ਦੀ ਗੱਲ ਹੋ ਗਈ ਦੂਜੇ ਪਾਸੇ ਹੈ ਕਿ ਸਾਡਾ ਸੰਵਿਧਾਨ ਸੈਕੂਲਰ ਹੈ ਉਹ ਪਾਰਟੀ ਹੈ ਵਿਅਕਤੀਗਤ ਤੌਰ ਤੇ ਧਰਮ ਨਹੀਂ ਜਾਣ ਕਿਸੇ ਪਾਰਟੀ ਦੇ ਤੌਰ ਤੇ ਕਾਂਗਰਸ ਨੇ ਅੱਜ ਤੱਕ ਵੀ ਕਿਸੇ ਧਰਮ ਨੂੰ ਨਹੀਂ ਉਸ ਤਰੀਕੇ ਦਾ ਸਹਿਯੋਗ ਇਸ ਤੋਂ ਕਿ ਤੀਜੀ ਗੱਲ ਜਦ ਮੈਂ ਦੇਖਦਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਜਦ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਬਾਕੀ ਤਾਰਕ ਸਿੱਖਿਸ਼ੀਤਾ ਨੂੰ ਸਿੱਖਾਂ ਨੂੰ ਜਾਂ ਹੋਰ ਕੀ ਕਰ ਇਹ ਵੀ ਗਲਤ ਆ ਜਿਹੜੇ ਹਿੰਦੂ ਨੇ ਉਹ ਆਪ ਹੀ ਇੱਕਮਤ ਨਹੀਂ ਹੈਗੇ ਇਸ ਦੇ ਉੱਤੇ ਹਿੰਦੂਆਂ ਦੇ ਜਿਵੇਂ ਸਿੱਖਾਂ ਦੇ ਵਿੱਚ ਅਕਾਲ ਪੁਰਖ ਸਾਹਿਬ ਦੇ ਜਸੇਦਾਰ ਜੋ ਮਰਗੀ ਨੇ ਜੋ ਵੀ ਹੈ ਜਿਹੇ ਜਸੇਦਾਰ ਸਾਹਿਬ ਕੋਈ ਹੁਕਮ ਕਰ ਦੇਣ ਤਾਂ ਉਹ ਮੰਨਣਾ ਹੀ ਪੈਂਦਾ ਹੈ। ਆਕੀ ਸਿੱਖਾਂ ਨੂੰ ਵੀ ਮੰਨਣਾ ਪੈਂਦਾ ਹੈ। ਇਹ ਆਪਾਂ ਦੇਖ ਲਈਆਂ। ਕਾਂਗਰਸ ਵੀ ਸਿੱਖ ਵੀ ਮੰਨਦੇ ਨੇ। ਗੁੱਟਾ ਸਿੰਘ ਵੀ ਆ ਕੇ ਸਜਾਣ ਵਾਕੇ ਗਿਆ ਸੀ ਆਪਣੇ ਆਪ। ਕਿ ਉਹ ਸੇਟਰੀਕ ਦੇ ਨਾਲ ਜਿਹੜੇ ਸ਼ੰਕਰਾਚਾਰੀ ਆ ਸ਼ੰਕਰਾਚਾਰੀਆ ਨੇ ਕਹੇਤਾ ਹੁਣ ਜੋ ਮਰਜੀ ਉਹਨਾਂ ਤੋਂ ਕੋਈ ਤਰੀਕਾ ਪਾ ਕੇ ਦਵਾਈ ਪਾ ਕੇ ਜੋ ਮਰਜੀ ਇੱਕ ਵਾਲੀ ਗੱਲ ਆ ਗਈ ਜਿਹੜਾ ਤੀਰ ਕਮਾਨ ਚੋਂ ਨਿਕਲ ਗਿਆ ਵਾਪਸ ਨਹੀਂ ਆਉਂਦਾ ਗੱਲ ਇਹ ਆ ਗਈ ਵੀ ਪ੍ਰਾਨ ਪੁਲਿਸ ਤਾਂ ਹੋ ਨਹੀਂ ਸਕਦੀ ਇਹ ਸਾਰੇ ਧਾਰਮਿਕ ਜਿਹੜਾ ਸਾਡਾ ਮਾਨ ਮਰਿਆਦਾ ਹੈ ਇਹ ਮਾਨ ਮਰਿਆਦੇ ਨਹੀਂ ਧਾਰਮਿਕ ਸਾਨੂੰ ਡਿਕਟੇਟਸ ਨੇ ਵੀ ਐ ਕਰਨਾ ਇਹ ਉਹਦੇ ਉਲਟਾ ਇਹ ਉਹਦੇ ਉਲਟਾ ਤੇ ਫਿਰ ਇਹਦਾ ਮਤਲਬ ਹੀ ਕੋਈ ਨਹੀਂ ਕਿਉਂਕਿ ਇਹੀ ਫਰਕ ਹੈ ਹਿੰਦੂ ਧਰਮ ਤੇ ਸਿੱਖ ਧਰਮ ਚ ਹਿੰਦੂ ਧਰਮ ਕਹਿੰਦਾ ਹੈ ਕਿ ਵੀ ਹੁਣ ਸੂਤਕ ਹੈ ਹਿੰਦੂ ਧਰਮ ਕਹਿੰਦਾ ਹੁਣ ਤਾਰਾ ਡੁੱਬਿਆ ਹੋਇਆ ਹੈ ਹਿੰਦੂ ਧਰਮ ਕਹਿੰਦਾ ਵੀ ਹੁਣ ਇਹ ਦਿਨ ਅਪਵਿੱਤਰ ਨੇ ਸਿੱਖ ਧਰਮ ਇਹ ਨਹੀਂ ਮੰਨਦਾ ਜੀ ਕਰਕੇ ਸਿੱਖਾਂ ਦੇ ਤਾਂ ਵਿਆਹ ਟੁੱਟੀ ਚੱਕੀ ਦੇਖ ਕੇ ਟਾਈਮ ਦੇਖ ਕੇ ਉਹਨਾਂ ਨੂੰ ਕੋਈ ਦਿਨ ਦਾ ਸਵਾਲ ਨਹੀਂ ਹੈ ਕੋਈ ਡੇਟ ਦਾ ਸਵਾਲ ਨਹੀਂ ਹੈ ਜਿਹੜੀ ਠੀਕ ਆ ਗਈ ਉਹੀ ਰੱਖ ਲਓ ਇਹ ਜਿਹੜਾ ਪਰ ਹਿੰਦੂਆ ਤਾਂ ਇਹਦਾ ਬੜਾ ਵੱਡਾ ਮਾਨਤਾ ਦਿਨ ਆਪਾਂ ਇਹ ਤਾਂ ਮੜਾ ਦਿਨ ਹੈ ਅੱਜ ਤੱਕ ਠੀਕ ਨਹੀਂ ਅੱਜ ਤੱਕ ਦਸਾ ਸੂਚਕ ਲੱਗਿਆ ਹੋਇਆ ਹੈ ਦਸਾ ਸੂਤ ਕਹਿੰਦੇ ਨੇ ਉਹਨੂੰ ਤਾਂ ਬੜਾ ਕੁਝ ਦੇਖ ਕੇ ਕਰਦੇ ਨੇ ਆ ਹੁਣ ਜਿਹੜੀ ਕਹਿੰਦੇ ਨੇ ਵੀ ਜਿਹੜਾ ਘਰ-ਕੋੜ ਬਣਾਉਂਦੇ ਨੇ ਉਹ ਚ ਵਸਤੂ ਸ਼ਾਸਤਰ ਦੀ ਜਿਹੜੀ ਗੱਲ ਕਰਦੇ ਨੇ ਉਹ ਇਹੀ ਕੁਝ ਹੈ ਜੀ ਕੁਛ ਤਾਂ ਇਹ ਕਰਕੇ ਜਿਹੜਾ ਜਿਹੜਾ ਤੁਸੀਂ ਧਰਮ ਨੂੰ ਮੰਨਦੇ ਹੋ ਜਦ ਇਹ ਜੇ ਉਹਨੂੰ ਮੰਨਦੇ ਹੋ ਤਾਂ ਪੂਰੇ ਤਰੀਕੇ ਨਾਲ ਉਹ ਸਿੱਧਾ ਜਨੇਊ ਪਾਉਂਦੇ ਨਹੀਂ ਨਾ ਨਾ ਪਾਉਂਦੇ ਪਰ ਜਿਹੜਾ ਜਿਹੜਾ ਹਿੰਦੂ ਜਿਹਨੂੰ ਪਾਵੇ ਤਾਂ ਜਨੇਊ ਪਾਉਣ ਦੀ ਜਿਹੜੀ ਵਿਧੀ ਉਹ ਤਾਂ ਮੰਨੇ ਜੋਨੇ ਜੀਦੇ ਮੰਨਣ ਨੇ ਜਿਹਨੂੰ ਪਾ ਲੈਣਾ ਫਿਰ ਤੋਂ ਸੂਦਰ ਦਾ ਕਵਨ ਕਰਿਆ ਗਿਆ ਜਿਹਨੇ ਉਹ ਤਰੇ ਹਣਾ ਉਹ ਇਹ ਸੂਦਰ ਦਾ ਢਾਗਾ ਪਾ ਕੇ ਢੋਕਾ ਨੂੰ ਦਿਖਾਵਾ ਕਰਦਾ ਉਹ ਲੋਕਪਤੀ ਨੇ ਬਚਣਾ ਹੋਵੇ ਨਹੀਂ ਰਾਮਿਆਣਾ ਰਾਮ ਜੁਆਕ ਨਹੀਂ ਹੈ ਇਹ ਢੋਕਪਤੀ ਨੇ ਨਾਲ ਕੁਝ ਨਹੀਂ ਹੋਣਾ ਸੋਈ ਕਿਤਾ ਹੀ ਹੈ ਜੋ ਦਿਖਾਵਾ ਕਰਦਾ ਹੈ ਦੂਜਾ ਜਦ ਅਸੀਂ ਇਹ ਦੇਖਦੇ ਆਂ ਵੀ ਜਦ ਹਿੰਦੂਆਂ ਦੇ ਹੀ ਕਿੰਨੇ ਸੈਕਟ ਕਿੰਨੇ ਹੋਣ ਜਿਹੜੀ ਸਭ ਤੋਂ ਇਤਿਹਾਸਕ ਹਸਤੀਆ ਹਿੰਦੂਆਂ ਦੇ ਵਿੱਚ ਜਿਨੇ ਹਿੰਦੂ ਕੋਡ ਬਣਾਉਣਾ ਚੰਗਾ ਆ ਮਾੜਾ ਗਲਤ ਸੀ ਕਿ ਨਹੀਂ ਵਾਜਦਾ ਉਹ ਚਾਰੇ ਇਕੱਠੇ ਹੋ ਕੇ ਇੱਕ ਮਤ ਹੋ ਕੇ ਉਹਨਾਂ ਨੇ ਕਹਿਤਾ ਵੀ ਇਹ ਗਲਤ ਹੈ ਇਸ ਤੋਂ ਅਗੇ ਤਾਂ ਕੁਝ ਨਹੀਂ ਇਹਨਾਂ ਨੂੰ ਮੰਨ ਲੈਣਾ ਚਾਹੀਦਾ ਸੀ ਇਹਦਾ ਮਤਲਬ ਇਹ ਤਾਂ ਉਹਨੂੰ ਮੰਨਦਾ ਹੀ ਨਹੀਂ ਸੋ ਹਿੰਦੂ ਹੀ ਨਹੀਂ ਜੇ ਜਾ ਰਹੇ ਉੱਥੇ ਹਿੰਦੂਆਂ ਦਾ ਹੀ ਮਤ ਪੇੜ ਹੈ ਦੂਜੇ ਧਰਮ ਵਾਲੇ ਕਿਉਂ ਜਾਣਗੇ ਕਿ ਤਹੇ ਆ ਹੁਣ ਦੂਜੇ ਪਾਸੇ ਆ ਗਿਆ ਪੂਜਾ ਪਸਾਇ ਇਹ ਹੈ ਵੀ ਮੂਰਤੀ ਪੂਜਾ ਨਾ ਤਾਂ ਸਹੀ ਕਰਦੇ ਨੇ ਨਾ ਮੁਸਲਮਾਨ ਕਰਦੇ ਨੇ ਨਾ ਸਿੱਖ ਕਰਦੇ ਨੇ ਕਿਰ ਮੂਰਤੀ ਦੇ ਪ੍ਰਾਨ ਪ੍ਰਸਤਾ ਦਾ ਹਿੰਦੂਆਂ ਦਾ ਕੰਮ ਹੈ ਉੱਥੇ ਚਲੇ ਜਾਣਗੇ ਹਿੰਦੂ ਇਹ ਸਟਾਗਲਾ ਸਵਾਲ ਹੈ ਕਿ ਨਾ ਸਿੱਖਾਂ ਦੇ ਵਿੱਚ ਹਵਣੀ ਦੀ ਵੀ ਕੋਈ ਚੱਕਰ ਨਹੀਂ ਹੈ ਹਵਨ ਵੀ ਕੋਈ ਨਹੀਂ ਕਰਨਾ ਸੋ ਸਿੱਖਾਂ ਦਾ ਤਾਂ ਉੱਥੇ ਸਿੱਖ ਧਰਮ ਅਸਤੀਆਂ ਦਾ ਤਾਂ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਉਸ ਤਿੱਕੇ ਨਾਲ ਤਾਂ ਇਹ ਕੋਈ ਇਹ ਤਾਂ ਹੈ ਨਹੀਂ ਵਿਹਰ ਮੰਦਰ ਸਾਹ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਤੇ ਨਹੀਂ ਅਮੀਰ ਨੂੰ ਬੁਲਾਇਆ ਜਾ ਰਿਹਾ ਇਹਜਾ ਕੰਮ ਤਾਂ ਹੈ ਨਹੀਂ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਸਿੱਖ ਸਰੂਪ ਹੋਣਾ ਹੋਰ ਗੱਲ ਹੈ ਸਿੱਖ ਫਲਸਫੇ ਦੇ ਪੈਰੋਕਾਰ ਹੋਣਾ ਹੋਰ ਗੱਲ ਹੈ ਸੋ ਕੱਲਾ ਸਿੱਖ ਸਰੂਪ ਹੋਣਾ ਜਿਹੜਾ ਹੈ ਉਹ ਆਪਣੇ ਆਪ ਚ ਹੀ ਨਹੀਂ ਬਣਾ ਦਿੰਦਾ ਵੀ ਤੁਸੀਂ ਸਿੱਖ ਫਲਸਫੇ ਦੇ ਵੀ ਪੈਰੋਕਾਰ ਇਹ ਦੂਜਾ ਪੁਣੀ ਕਮੈਂ ਹੋਰ ਪਾਸਾ ਲੈ ਕੇ ਜਾ ਰਹੇ ਹਾਂ ਸਿੱਖੀ ਨਾਲ ਇਹਦੇ ਖੋਰ ਵਿਰੋਧ ਹੈ ਉਹ ਇਹ ਹੈ ਵੀ ਹਿੰਦੂ ਧਰਮ ਦੇ ਵਿੱਚ ਉਹ ਰਾਮ ਨੂੰ ਮੰਨਣਾ ਉਹ ਕ੍ਰਿਸ਼ਨ ਜੀ ਨੂੰ ਮੰਨਣਾ ਉਹ ਹੋਰ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਨੂੰ ਮੰਨਣਾ ਕੋਈ ਤਰਾਦ ਨਹੀਂ ਪਰ ਉਹ ਗਣੇਸ਼ ਜੀ ਦੀ ਪੂਜਾ ਕਰਨਾ ਪਰ ਇੱਕ ਗੱਲ ਕੀ ਹੈ ਜਦ ਮਨੂ ਸਿਮਰਤੀ ਨੂੰ ਮੰਨਿਆ ਜਾਂਦਾ ਹੈ ਕਿ ਇਹ ਸਾਡਾ ਅਸਲੀ ਗ੍ਰੰਥ ਹੈ ਇਹ ਸਾਡਾ ਕੋਨ ਹੈ ਤਾਂ ਮਨੂ ਸਿਮਰਤੀ ਆਰਤ ਨੂੰ ਵੀ ਨੀਚਾ ਕਹਿੰਦੀ ਹੈ ਉਹ ਸ਼ੈਡਿਊਲਡ ਕਾਸਟ ਨੂੰ ਵੀ ਪੜਨ ਦੀ ਵੀ ਅਧਿਕਾਰ ਨਹੀਂ ਦਿੰਦਾ ਸੁਣਨ ਦਾ ਵੀ ਅਧਿਕਾਰ ਨਹੀਂ ਦਿੰਦੀ ਉਹ ਬਾਕੀਆਂ ਨੂੰ ਜਾਤ ਪਾਤ ਸਾਰੇ ਚ ਬੰਨ ਕੇ ਰੱਖਦੀ ਐ ਸਾਰੀ ਮੰਨੂ ਸਮਰਤੀ ਦੇ ਵਿੱਚ ਥਾਂ ਥਾਂ ਤੇ ਇਹ ਐ ਵੀ ਬ੍ਰਾਹਮਣ ਜੀ ਕਿਸੇ ਛਤਰੀ ਦੀ ਕੁੜੀ ਨਾਲ ਵਿਆਹ ਕਰਾ ਲੈ ਕਿਸੇ ਵੈਸ਼ ਦੀ ਕੁੜੀ ਨਾਲ ਵਿਆਹ ਕਰਾ ਲੈ ਜੇ ਸ਼ੂਦਰ ਕੋਲ ਚਲਿਆ ਜਾ ਸਾਰ ਇੱਕ ਜਗ੍ਹਾ ਤੇ ਐ ਇੱਥੇ ਤੱਕ ਵੀ ਜੇ ਬ੍ਰਾਹਮਣ ਅਨਪੜ ਹੋਵੇ ਤੇ ਸ਼ੂਦਰ ਪੜਿਆ ਲਿਖਿਆ ਹੋਵੇ ਤਾਂ ਵੀ ਹਵਨ ਜਿਹੜਾ ਹੈ ਪੂਜਾ ਜਿਹੜੀ ਕਰਾਉਣੀ ਆ ਆਠ ਕਰਾਉਣਾ ਹੈ ਮੰਤਰ ਜਾਪ ਕਰਾਉਣਾ ਬ੍ਰਾਹਮਣ ਤੋਂ ਕਰਾਉਣਾ ਹੈ ਸ਼ੂਦਰ ਤੋਂ ਨਹੀਂ ਕਰਾਉਣਾ ਸੋ ਸਿੱਖੀ ਦੇ ਦਾ ਉਲਟਾ ਸਿੱਖੀ ਨੇ ਤਾਂ ਮੰਨ ਨਹੀਂ ਨਹੀਂ ਕਿਉਂਕਿ ਸਿੱਖੀ ਦੇ ਉਲਟਾ ਹੈ ਜਿਹੜਾ ਸਿੱਖੀ ਦੇ ਉਲਟਾ ਹੈ ਫਿਰ ਤੁਸੀਂ ਸਿਆਸਤ ਬਣਾ ਲਈ ਫਿਰ ਜਾਣ ਦਾ ਕੋਈ ਉੱਥੇ ਤੁਕ ਨਹੀਂ ਬੰਦਾ ਜੇ ਕਿਉਂਕਿ ਜਦ ਤੁਸੀਂ ਜਾਣੋ ਤੁਸੀਂ ਆਪਣੇ ਧਰਮ ਨੂੰ ਤੈਅ ਮੰਨਦੇ ਹੋ ਨਾ ਵੀ ਹਾਂ ਜੀ ਸਾਡਾ ਤਾਂ ਅਸੂਲ ਨੇ ਇਹ ਅਸੂਲਾਂ ਦੀ ਗੱਲ ਹੈ ਕੋਈ ਐ ਨਹੀਂ ਆ ਵੀ ਇਹਦਾ ਮਤਲਬ ਇਹ ਨਹੀਂ ਆ ਵੀ ਕੋਈ ਹਿੰਦੂ ਤੁਹਾਨੂੰ ਨਿਖਰਣਾ ਕਰਦੇ ਨੇ ਉਹ ਇਹ ਵੀ ਆਪਾਂ ਮੰਨ ਕੇ ਚੱਲੀਏ ਕਈ ਬੰਦੇ ਇਸ ਤੋਂ ਇਹ ਕੰਨਣਗੇ ਕਿਉਂਕਿ ਸਿਆਸਤ ਦਾੰਡ ਨਹੀਂ ਹੈ ਤੇ ਦੇਖੋ ਜੀ ਸਿੱਖਾਂ ਨੇ ਸਭ ਜਾਣ ਕੇ ਬਾਈਕਾਟ ਕਰਤਾ ਇਹ ਕੋਈ ਬਾਈਕਾਟ ਨਹੀਂ ਹੈ ਸਿੱਖੀ ਦੇ ਸੁਨਣਾ ਨੂੰ ਛੱਡ ਕੇ ਜਾਂ ਸਿੱਖੋਂ ਉੱਤੇ ਜਾਏਗਾ ਫਿਰ ਉਸਿਆਸਤੀ ਹੋਏਗੀ। ਜਿਹੜਾ ਸੱਚੇ ਸੱਦ ਕੋਲ ਜਦ ਗਏ ਸਾਰੇ ਤਾਂ ਫਿਰ ਅੱਜ ਤੱਕ ਮਾਫ ਕਰਿਆ ਇਹਨਾਂ ਨੂੰ ਲੋਕਾਂ ਨੇ। ਵੀ ਤੁਸੀਂ ਤਾਂ ਵੋਟਾਂ ਨਹੀਂ ਮਾਰੇ ਗਈ ਸੀ। ਇਸੇ ਇਸੇ ਤਰ੍ਹਾਂ ਜਿਵੇਂ ਕੋਈ ਸਿੱਖਾਂ ਦੇ ਜਿਹੜੇ ਧਾਰਮਿਕ ਲੀਡਰ ਨੇ ਸਭ ਕੁਝ ਨੇ ਜੋ ਉੱਤੇ ਜਾਣਗੇ ਉਹ ਸਿੱਖੀ ਦੇ ਉਲਟ ਜਾ ਕੇ ਜਾ ਰਹੇ ਨੇ। ਉੱਤੇ ਨਾ ਜਾਣ ਦਾ ਮਤਲਬ ਇਹ ਨਹੀਂ ਕਿ ਉਹ ਰਾਮ ਲੱਲਾ ਦੀ ਪ੍ਰਾਣ ਪਤਿਸਾ ਨੂੰ ਮਾੜਾ ਸਮਝਦੇ ਨੇ। ਉਹਨਾਂ ਦੇ ਹਿਸਾਬ ਨਾਲ ਗੱਤ ਕਰਿਆ ਜਾ ਰਿਹਾ ਐ ਨਹੀਂ ਕਹ ਰਹੇ ਉਹ ਕਹਿੰਦੇ ਸਾਡਾ ਹਿਸਾਬ ਨਹੀਂ ਹੈ ਇਹ ਕਈ ਤਾਂ ਸਭ ਨੂੰ ਹੀ ਪਤਾ ਹੈ ਇਹ ਤਾਂ ਕੋਈ ਧੋਰਾ ਹੀ ਨਹੀਂ ਹੈ ਹੁਣ ਤੁਸੀਂ ਮੈਨੂੰ ਇੱਕ ਸਵਾਲ ਹੈ ਵੀ ਜਿੱਥੇ ਗਊ ਦਾ ਮਾਸ ਖੱਬਾ ਜਾ ਰਿਹਾ ਹੋਵੇ ਉਥੇ ਹਿੰਦੂ ਜਾਣਗੇ ਉਥੇ ਪੰਡਤ ਖਾਸ ਕਰਕੇ ਬੰਦੇ ਪੰਡਤ ਜਾਣਗੇ ਉਹ ਕਿਉਂ ਨਹੀਂ ਜਾਂਦੇ ਕੀ ਉਹਨਾਂ ਦੇ ਪੋਜਨ ਨੂੰ ਕਿ ਨਾ ਕਰਦੇ ਨੇ ਹਾਲਾਂਕਿ ਕਰਦੇ ਵੀ ਨਹੀਂ ਪਰ ਉਹ ਇਸ ਕਰਕੇ ਨਹੀਂ ਜਾਂਦੇ ਇਹ ਦੇਖੋ ਜੀ ਅਸੀਂ ਤਾਂ ਗੋਦੀ ਪੂਜਾ ਕਰਦੇ ਆਂ ਕਿ ਤਸਾ ਦਿੱਤਾ ਤਸਾ ਦਿੱਤਾ ਸਮਝਦੇ ਉਲਟਾ ਸੋ ਇਸ ਕਰਕੇ ਜਦ ਤੁਹਾਡੇ ਫਲਸਫੇ ਦੇ ਜਿਹੜੀ ਗੱਲ ਉਲਟ ਹੋਵੇ ਉਹ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਇਹ ਤਾਂ ਮਤਲਬ ਇਹ ਨਹੀਂ ਆ ਤੁਸੀਂ ਦੂਜੇ ਨੂੰ ਕਿਹਾ ਉਹਨੂੰ ਠੀਕ ਆ ਉਹਦਾ ਫਲਸਫਾ ਮੰਨੇ ਤੋਂ ਸਿੱਖਾਂ ਦੇ ਵਾਸਤੇ ਤਾਂ ਸਿੱਧਾ ਇਹ ਸਪੱਸ਼ਟ ਹੋਣਾ ਚਾਹੀਦਾ ਬਲਕਿ ਮੈਂ ਕਹਾਂਗਾ ਜਿਹੜੇ ਸਿੱਖਾਂ ਦੇ ਅੱਜ ਕੋਈ ਸਿੱਖਾਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਦੇ ਜਾਂ ਜਿੱਥੇ ਵੀ ਜਿਹੜੇ ਇਹਨਾਂ ਦੇ ਮਾਮੇ ਮਨੇ ਜਿੰਨੇ ਵੀ ਇਹ ਕਰਦੇ ਨੇ ਜਿਨ੍ਹਾਂ ਦਾ ਵੀ ਜ਼ਿੰਮੇਵਾਰੀ ਆ ਜਾਂ ਜਿਨ੍ਹਾਂ ਨੂੰ اختیار ਦਿੱਤਾ ਗਿਆ ਹੈ ਅਧਿਕਾਰ ਦਿੱਤਾ ਗਿਆ ਹੈ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਵੀ ਜੰਗਾਲੀ ਗੰਦੀ ਚੱਲ ਰਹੀ ਹੈ ਜਨ ਕਿ ਉਹਨਾਂ ਨੂੰ ਡਟ ਕੇ ਸਹੀ ਗੱਲ ਕਹਿ ਦੇਣੀ ਚਾਹੀਦੀ ਹੈ ਕਿ ਦੇਖੋ ਜੀ ਤੁਸੀਂ ਆਪਣਾ ਕਰੋ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਸੀਂ ਨਹੀਂ ਆਮਦੇ ਇੱਕ ਤਾਂ ਇਹ ਕਿਉਂ ਸਿੱਕੇ ਵੈਸੀ ਉਲਟਾ ਦੂਜਾ ਇਹ ਕਿਉਂਕਿ ਮੁਸਲਮਾਨਾਂ ਤੇ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਨੀਚਾ ਦਿਖਾਇਆ ਜਾ ਰਿਹਾ ਹੈ ਦੇਖੋ ਜਿਹੜੀ ਜਗਾ ਲਈ ਗਈ ਹੈ ਇਹ ਜਗਾ ਹੀ ਸੁਪ림 ਕੋਰਟ ਦੇ ਫੈਸਲੇਟਿਚੀ ਲਿਖਾ ਵੀ ਹੈ ਸਾਮਨ ਤਾਂ ਦੋਨੇ ਚ ਰਣੀ ਕਰ ਸਕੀਆਂ ਐਤਾ ਹਿੰਦੂਆਂ ਨੂੰ ਤਾਂ ਦੇ ਰਿਹਾ ਵੀ ਇਹਨਾਂ ਦੀ ਆਸ ਹੈ ਤੇ ਜਗਾ ਤਾਂ ਅਜੇ ਵੀ ਉਸਤਣ ਦੀ ਰਹੀ ਨਾ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਕੋਈ ਜੀ ਇਹ ਤਾਂ 47 ਚ ਨਹੀਂ 47 ਸਭ ਨੂੰ ਪਤਾ ਹੈ ਵੀ ਮੂਰਤੀਆਂ ਕਿੰਨੇ ਰੱਖੀਆਂ ਗਈਆਂ ਸੀ ਉਹ ਕਹਿੰਦੇ ਨਹੀਂ ਜੀ 57 58 ਚਾਹੇ 58 ਚਾਹੇ ਇਹ ਗਿਂਸਿੰਘ ਕਹਿੰਦੇ ਨੇ ਵੀ ਸਾਡੇ ਨਿੰਗ ਸਿੰਘ ਦਾ ਰੂਪ ਕਿਸੇ ਨੇ ਕੋਲ ਵੀ ਹੋ ਸਕਦਾ ਹੈ ਹਵਨ ਜਿਹੜੇ ਜੇ ਨੰਗ ਸਿੰਘਾਂ ਨਿਕਲਿਆ ਤੇ ਫਿਰ ਹਵਨ ਤਾਂ ਉਹਨਾਂ ਉਹੀ ਨੰਗ ਸਿੰਘ ਕਰਨਗੇ ਜਿਹੜੇ ਅਸਲ 'ਚ ਸਿੱਖੀ ਦੇ ਨਾਲ ਤਾਂ ਨਹੀਂ ਜੁੜੇ ਹੋਏ। ਨੇ ਕਿਸੇ ਨੇ ਹਵਨ ਤਾਂ ਕਿਸੇ ਸਿੱਖ ਨੇ ਨਹੀਂ ਕਦੇ ਕਰਿਆ। ਗੁਰੂ ਸਾਹਿਬ ਨੇ ਤਾਂ ਕੋਈ ਹਵਨ ਦੀ ਗੁਰੂ ਸਾਹਿਬ ਨੇ ਅੰਮ੍ਰਿਤ ਛਕਣ ਤੋਂ ਬਾਅਦ ਦੀ ਤਾਂ ਗੱਲ ਹੀ ਛੱਡੋ। ਇਹਨਾਂ ਵੀ ਹਵਨ ਨਹੀਂ ਕਰਦੇ ਸੀ। ਤੇ ਇਸ ਕਰਕੇ ਗੁਰੂ ਸਾਹਿਬ ਤਾਂ ਪਹਿਲੇ ਗੁਰੂ ਸਾਹਿਬ ਨੇ ਜਨੂਤੋਂ ਨਾ ਕਰਤਾ ਸੀ। ਤੰਗ ਕਪਾਹੋਂ ਕਰਕੇ ਬਾਮਨ ਵੱਟੇ ਆਏ। ਹੈ ਨੀ? ਤੇ ਉਹਨਾਂ ਨੇ ਤਾਂ ਕਹਿ ਦਿੱਤਾ ਵੀ ਜੇ ਤੁਸੀਂ ਜਿਹਨੂੰ ਬੋਲਦੇ ਤਾਂ ਸੱਚ ਦਾ ਜਿਹਨੂੰ ਪਾਓ ਉਹਨਾਂ ਦਾ ਸੂਤਕ ਹੁਣ ਹਿੰਦੂ ਧਰਮ ਦੇ ਵਿੱਚ ਤਾਂ ਸੂਤਕ ਹੈ ਪਰ ਉਹਨਾਂ ਤਾਂ ਕਹਿੰਦਾ ਜੇਤੇ ਦਾਣੇ ਅੰਨ ਕੇ ਦੀਂ ਆਵਾਜ਼ ਨਾ ਕੋਈ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਹੈ ਕਾ ਸੂਤਕ ਤਾਂ ਕਹਿੰਦੀ ਤੁਹਾਡੀ ਰਸੋਈ ਚ ਵੀ ਹੈ ਪਰ ਜਿਆਸਲੀ ਸੂਤਕ ਮੰਨ ਲੈ ਮਨ ਦਾ ਸੂਤਕ ਲੋਭ ਹੈ ਜੇਵਾ ਸੂਤਕ ਕੋਲ ਅੱਖੀ ਸੂਤਕ ਵੇਖਣਾ ਪ੍ਰਤਿਰਿਆ ਪਰ ਤਾਂ ਰੂਪ ਕੰਨੇ ਸੂਤਕਾਂ ਨਾ ਪਾਇ ਲਾਇਤ ਵਾਰੀ ਖਾਏ ਨਾਲ ਖੰਸਾ ਨਹੀਂ ਬੰਦੇ ਜੰਪੁਰ ਜਾਏ ਰੀਜ਼ਮ ਜੁਕਾ ਸੋ ਨਾ ਨੇ ਤਾਂ ਜਿਹੜਾ ਪਾਪ ਹੈ ਪਾਪ ਦੀ ਵੀ ਡੈਫੀਨੀਸ਼ਨ ਦਿੱਤੀ ਉਹ ਕਹਿੰਦੇ ਆ ਜਾਨਵਰ ਮਾਰਨਾ ਤਾਂ ਪਾਪੂਪ ਨਹੀਂ ਹੈ ਪਾਪ ਤਾਂ ਲੁੱਟ ਕਰਕੇ ਖਾਣਾ ਹੈ ਦੇ ਇਸ ਕਰਕੇ ਉਹ ਕਹਿੰਦੇ ਵੀ ਹਿਰਤ ਲੱਗੇ ਕਪੜੇ ਜਾਮਾ ਹੋਏ ਪਰੀ ਜੋ ਰਤ ਪੀਵੇ ਮਾਨਸਾ ਤਿੰਨ ਕਿਉ ਨਿਰਮਲ ਕੀ ਅਕਪਰਾਇਆ ਨਾਨਕ ਉਸ ਉਸੂਲ ਉਸ ਗਾਏ ਗੁਰਪੀਰ ਹਮਾ ਤਾਂ ਪਰ ਜੇ ਮਰਦਾਨਾ ਖਾਏ ਇਹ ਮਲਤਰਾ ਉਹ ਬਿਨਾ ਇੱਕ ਸਮਝ ਹੈ ਇੱਕ ਫਲਸਫਾ ਵੱਡਾ ਉਹ ਫਲਸਫਾ ਸਭ ਕੁਝ ਕਹਿੰਦਾ ਹੈ ਉਹੋਂ ਫਲਸਫਾ ਕੀ ਹੈ ਉਹ ਫਲਸਫਾ ਤਾਂ ਇਹ ਕਹਿੰਦਾ ਹੈ RAMLAL JI ਨਵਾਸਾ ਕੁਛ ਠੀਕ ਹੈ ਠੀਕਾ ਉਹ ਪਬਲੀਕਲੀ ਇਦਾਂ ਨਹੀਂ ਕਹਿਣਗੇ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਵੀ ਗੱਲ ਹੁੰਦੀ ਹੈ ਪਰ ਗੁਰੂ ਸਾਹਿਬ ਨੇ ਉਸ ਵਕਤ ਕਹਤਾ ਕਹਿੰਦੇ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦੈਸਰ ਡੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਵਾਏ ਰੋਵਨ ਪਾਂਡਵ ਭੈ ਮਜੂਰ ਜਿਨ ਕੇ ਸਵਾਮੀ ਰਹਿ ਖਤੂਰ ਇਹ ਲਿਖਿਆ ਉੱਚਾ ਤਾਂ ਗਾਇਤਰੀ ਵਾਲੀ ਬੜਾ ਕੁਛ ਹੈ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਕਾਤੀ ਸੀ ਲੇ ਕੇ ਲਾਕੀ ਟੈਂਗਾ ਟੋਰੀ ਲੰਗਤ ਲੰਗ ਕੇ ਜਾਂਦੀ ਸੀ ਸੋ ਬਹੁਤ ਕੁਛ ਹੈ ਉਸ ਪਾਸੇ ਨਾ ਜਾਈ ਕਹਿਣ ਦਾ ਮਤਲਬ ਇਹ ਹੈ ਵੀ ਸਿੱਖੀ ਫਲਸਫੇ ਦੇ ਤੌਰ ਤੇ ਹਿੰਦੂ ਧਰਮ ਦੇ ਨਾਲ ਨਹੀਂ ਮੇਲ ਖਾਂਦੀ ਮੁੱਢਲੀ ਗੱਲ ਇਹ ਹੈ ਕਿਉਂਕਿ ਹਿੰਦੂ ਧਰਮ ਚ ਬਹੁਤ ਸਾਰਾ ਕਰਮਕਾਂਡ ਬ੍ਰਾਹਮਣਵਾਦ ਬਹੁਤ ਕੁਝ ਹੈ ਕਿ ਕਿਸ ਗੱਲ ਚ ਨਹੀਂ ਹੈ ਕਿ ਸਿੱਖੀ ਕਿਉਂਕਿ ਇਸ ਗੱਲ ਚ ਨਹੀਂ ਹੈ ਠੀਕ ਹੈ ਉਹ ਆਪਣਾ ਕਰਨ ਕੋਈ ਇਹ ਛੋਟਾ ਵੀ ਉਹਨਾਂ ਨੂੰ ਰੋਕਣਾ ਜਾਂ ਉਹਨਾਂ ਨੂੰ ਕਹਿਣਾ ਤੁਸੀਂ ਕਿਉਂ ਕਰ ਲਿਓ ਕਿ ਮੀਲੇ ਸਾਰ ਨਾਲ ਸਿੱਖਾਂ ਦੇ ਵਾਸਤੇ ਤਾਂ ਇਹ ਹੀ ਨਹੀਂ ਹੈ ਯੋਜਨਾ ਇਹ ਯੋਜਨਾ ਹਿੰਦੂਆਂ ਦਾ ਠੀਕ ਹੈ ਕਰਨ ਉਹ ਹੁੰਦਾ ਦੂਜਾ ਹਿੰਦੂਆਂ ਦੇ ਵਿੱਚ ਜਿਹੜੇ ਹਿੰਦੂ ਪਿਸ਼ਟਾ ਇਹ ਆਸਥਾ ਰੱਖਦੇ ਨੇ ਉਹਨਾਂ ਵਾਸਤੇ ਵੱਡਾ ਸਵਾਲ ਆ ਗਿਆ ਵੀ ਕੀ ਜਦ ਮੰਦਰ ਪੂਰਾ ਹੀ ਨਹੀਂ ਕਿ ਬਿਨਾ ਪੂਰੇ ਮੰਦਰ ਦੇ ਇਹ ਆਪਸ਼ਗੰਤਾ ਨਹੀਂ ਕਰ ਰਹੇ ਕਿਤੇ ਤੁਹੋ ਤਾਂ ਬੜੇ ਇਸ ਗੱਲ ਦੇ ਵਿੱਚ ਵਿਸ਼ਵਾਸ ਦੀ ਬਿੱਦੀ ਕੱਟ ਗਈ ਰਸਤਾ ਜੀ ਹੁਣ ਆ ਹੋ ਗਿਆ ਜੀ ਹੁਣ ਕੁੱਤੇ ਨੇ ਕੰਨ ਮਾਰ ਕੇ ਜੀ ਉਹਨਾਂ ਟੋਕਰ ਖਾਦੀ ਟੋਕਰ ਚੱਕੀ ਆ ਰਹੇ ਆ ਆ ਹੁਣ ਬ੍ਰਾਹਮਣ ਹਿੰਦੂ ਜੋਸਾਂ ਨੂੰ ਪਤਾ ਵੀ ਇਹਨਾਂ ਜੇ ਬ੍ਰਾਹਮਣ ਦਾ ਮੁੱਠੇ ਰੱਖ ਜੇ ਸਿਰ ਸਿਰ ਤਾਂ ਵੀ ਮਾੜਾ ਹੁੰਦਾ ਸੁਣਿਆ ਹੋ ਤੁਸੀਂ ਸ਼ਾਇਦ ਹੈ ਸੱਤ ਮੁੱਚੀ ਹੈ ਸੱਚੀ ਮੱਚੀ ਆਦ ਰਾਮ ਦੇ ਹੂੰ ਪੂਜਾ ਕਰਦੇ ਤੇ ਜੇ ਸਵੇਰੇ ਬ੍ਰਾਹਮਣ ਮੱਥੇ ਲੱਗੇ ਉਹ ਮਾੜਾ ਹੁੰਦਾ ਕਹਿੰਦੇ। ਖਾਲੀ ਟੋਕਰਾ ਮੱਥੇ ਲੱਗੇ ਤਾਂ ਵਾੜਾ ਹੁੰਦਾ। ਫਿਰ ਅਗਲੀ ਗੱਲ ਜੇ ਮੱਝ ਵੀ ਮੱਥੇ ਲੱਗੇ ਤਾਂ ਕਹਿੰਦੇ ਚੰਗਾ ਹੁੰਦਾ। ਚੰਗਾ ਹੁੰਦਾ। ਹਾਂ ਸਵੇਰੇ ਸਵੇਰੇ ਜੋ ਕਿਰਤੀਆਂ ਕਿਸੇ ਨੇ ਸੋਚ ਲਿਆ ਉਹਨਾਂ ਵੀ ਜਦ ਕਿਰਤੀ ਮੱਥੇ ਲੱਗੇ ਤਾਂ ਚੰਗਾ ਜਿਹੜਾ ਫਿਰਦਾ ਹੈਗੇ ਕੰਮ ਹੈ। ਉਹ ਮੱਥੇ ਨੂੰ ਸਾਲ ਦੇ ਨਹੀਂ ਲਿਖਾਂਗੇ। ਹੋ ਤਾਂ ਮੇਰੀ ਇੰਟਰਪ੍ਰੀਟੇਸ਼ਨ ਇਹ ਵੀ ਹੋਵੇ। ਪਰ ਇਹ ਸੱਚ ਹੈ। ਇਹ ਸਿੱਤਾ ਰੋਜੀ ਇਸੇ ਦੇਖਦੇ ਸੀ ਪਿੰਡ ਦੇ ਦਰਵਾਜ਼ੇ ਕਈ ਲੋਕ ਆਪਦੇ ਇੰਤਿਹਾਨ ਛੱਡਣ ਦੇ ਸੇਵਾਂ ਚ ਵੀ ਅੱਜ ਤੱਕ ਵੀ ਨਹੀਂ ਜੀ ਸਾਹਮਣੇ ਮਿਲ ਗਿਆ ਨੰਬਰ ਤਾਂ ਮਿਲ ਗਿਆ ਤਾਂ ਕੋਈ ਕੇਸ ਖੜੇ ਕੋਈ ਮਿਲ ਵੀ ਤਾਂ ਸੋ ਬਹੁਤ ਸਾਰੇ ਵਹਿਮ ਨੇ ਕਿ ਹੁਣ ਉਹ ਵਹਿਮ ਸਿੱਖੀ ਨੇ ਥੋੜਾ ਮੰਨ ਲੈਣੇ ਸੋ ਇਸ ਕਰਕੇ ਸਿੱਖੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਫਲਸਫਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜਨ ਲੱਗ ਕੇ ਹੀ ਸ੍ਰੀ ਗੁਰੂ ਦਾ ਸ਼ਬਦ ਗੁਰੂ ਸ਼ਬਦ ਗੁਰੂ ਦੇ ਨਾਲ ਸਿੱਖੀ ਦੇ ਜਿਹੜੇ ਸੂਰਨੇ ਉਹ ਬਹੁਤ ਹੀ ਉੱਚੇ ਨੇ ਉਹ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਡਾ ਝੰਡਾ ਬਰਦਾਸ਼ਤ ਲੰਬੜਦਾ ਜੇ ਦੁਨੀਆ ਦੇ ਵਿੱਚ ਕਿਤੇ ਤੁਹਾਨੂੰ ਕੋਈ ਧਾਰਮਿਕ ਗ੍ਰੰਥ ਮਿਲਦਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਚ ਮਨੁੱਖ ਦਾ ਜਿਉਣ ਦਾ ਅਧਿਕਾਰ ਮਨੁੱਖ ਦਾ ਬਰਾਬਰ ਹੋਣ ਦਾ ਅਧਿਕਾਰ ਮਨੁੱਖ ਨੂੰ ਰੋਜੀ ਰੋਟੀ ਦਾ ਅਧਿਕਾਰ ਮਨੁੱਖ ਨੂੰ ਬੇਇਨਸਾਫੀ ਦੇ ਖਿਲਾਫ ਲੜਨ ਦਾ ਅਧਿਕਾਰ ਮਨੁੱਖ ਨੂੰ ਬੋਲਣ ਦਾ ਅਧਿਕਾਰ ਮਨੁੱਖ ਨੂੰ ਆਪਣਾ ਵੱਖਰਾ ਮਾਤਰਕੰਡ ਆਪਣੀ رائے ਵੱਖਰੀ ਰੱਖਣ ਦਾ ਅਧਿਕਾਰ ਇਹ ਉਹਦੇ ਵਿੱਚ ਸਾਰੇ ਸ਼ਾਮਲ ਨੇ ਸੋ ਮਨੁੱਖੀ ਅਧਿਕਾਰ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਪਹਿਨਾ ਯੂਨੈਨ ਨੇ ਤਾਂ ਵਾਚ ਬਣਾਏ ਨੇ ਜਿਨਾਂ ਤੋਂ ਆਯੂਨ ਦੀ ਸਭ ਤੋਂ ਤੰਤਵਾਲ ਹੈ ਹਿਊਮਨ ਰਾਈਟਸ ਦਾ ਸਭ ਤੋਂ ਵੱਡਾ ਝੰਡਾ ਬਰਦਾਸ਼ਤ ਹੈ ਕੋਈ ਦੁਨੀਆ 'ਚ ਹੈ ਨਾ ਉਹ ਸ਼ੀਗੂ ਗੱਸਾ ਅੱਛਾ ਮੈਂ ਆਖਰੀ ਸਵਾਲ ਕਰਾਂਗਾ ਕਿ ਜਿਵੇਂ ਦੇ ਹਾਲਾਤ ਪੈਦਾ ਹੋਏ ਨੇ ਧਰਮ ਨਿਰਪੱਖਤਾ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਜੋ ਕੁਝ ਵਾਪਰ ਰਿਹਾ ਜੋ ਕੁਝ ਹੋ ਰਿਹਾ ਜੋ ਸਾਨੂੰ ਇਹਦਾ ਭੂਖ ਨਜ਼ਰ ਆਉਂਦਾ ਇਹਦੇ ਵਿੱਚੋਂ ਕਿਤੇ ਕੋਈ ਇਸ ਕਿਸਮ ਦੀ ਕੋਈ ਆਸ ਮਤਲਬ ਨਜ਼ਰ ਆਉਂਦੀ ਹੈ ਮੈਂ ਦੇਖ ਰਿਹਾ ਸੀ ਕਿ 2021 ਦਾ ਸੈਂਸਸ ਆ 140 ਕਰੋੜ ਤੋਂ ਉੱਤੇ ਆਬਾਦੀ ਹੈ ਭਾਰਤ ਦੀ ਹਿੰਦੁਸਤਾਨ ਦੀ ਇੰਡੀਆ ਦੀ ਇਸ 80 ਕਰੋੜ ਦੇ ਕਰੀਬ ਲੋਕ ਜਿਹੜੇ ਨੇ ਉਹ ਮੁਫਤ ਦਾ ਜਿਹੜਾ ਉਹ ਜੋ ਸਰਕਾਰ ਦੀਆਂ ਸਕੀਮਾਂ ਨੇ ਆਟਾ ਦਾਲ ਰਾਸ਼ਨ ਜੋ ਵੀ ਉਸ ਪਾਸੇ ਵੱਲ ਲੱਗੇ ਹੋਏ ਹੂ ਤੇ ਉਹਨਾਂ ਨੂੰ ਇਹ ਸਮਝਾਉਣ ਦੇ ਵਿੱਚ ਕਿ ਤੁਸੀਂ ਵਿਗਿਆਦ ਦੇ ਯੋਗਲੇ ਪਾਸੇ ਤੁਰੋ ਤੁਸੀਂ ਇਹਨਾਂ ਕਰਮਕਾਂਡਾਂ ਤੋਂ ਕਿਹੜਾ ਚੜ੍ਹਨਾ ਤੁਸੀਂ ਜਾਤ ਪਾਤ ਤੋਂ ਉੱਤੇ ਉਠੋ ਤੁਸੀਂ ਇਹ ਮਨੁੱਖ ਸਮੀਤੀ ਜਾਂ ਜਿਸ ਵੀ ਟੱਗ ਦੇ ਨਾਲ ਜੋ ਵੀ ਸਾਰਾ ਕੁਝ ਧਰਮ ਦੇ ਨਾਂ ਦੇ ਉੱਤੇ ਜੋ ਡੰਬਰ ਰਚਾਇਆ ਜਾਂਦਾ ਉਹਦੇ ਤੋਂ ਪਾਸੇ ਉਹ ਕੀ ਇਹ ਕਿਤੇ ਮੁਮਕਿਨ ਲੱਗਦਾ ਤੁਹਾਨੂੰ ਜਾਂ ਜ਼ਰੀਆ ਕੀ ਹੈ ਜਿਵੇਂ ਕਹਿੰਦੇ ਕਿ ਤੋੜ ਇਹਦਾ ਕੀ ਹੋਣਾ ਚਾਹੀਦਾ ਸਿਆਸੀ ਪਾਰਟੀਆਂ ਬਾਕੀ ਕਹਿ ਤਾਂ ਦਿੰਦੀਆਂ ਕਿ ਅਸੀਂ ਨਹੀਂ ਇਦਾਂ ਦੀ ਸਿਆਸਤ ਕਰਨੀ ਪਰ ਉਹ ਜਿਵੇਂ ਕਹਿੰਦੇ ਕਿ ਉਹ ਤਕੀਆਂ ਜਾਂ ਵੀ ਉਸ ਪਾਸੇ ਜੇ ਤੁਸੀਂ ਕਹਾਂ ਕਦੇ ਤਿਲਕ ਲਾ ਲਿਆ ਕਦੇ ਜਨੇਉ ਪਾ ਕੇ ਵਿਗਾਤਾ ਉਹ ਫਿਰ ਉਹ ਵੀ ਇਸ ਪਾਸੇ ਉਹਨਾਂ ਨੂੰ ਲੱਗਦਾ ਹੈ ਕਿ ਯਾਰ ਨਹੀਂ ਬਹੁ ਗਣਤੀ ਨੂੰ ਜੇ ਖੁਸ਼ ਰੱਖਣਾ ਤਾਂ ਉਹਨਾਂ ਦੇ ਵਰਗੇ ਹੋਣਾ ਪੈਣਾ ਤੇ ਇਹਦਾ ਬਦਲ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਕੀ ਲੱਗਦਾ 140 ਕਰੋੜ ਬਣਾਵ 80 ਕਰੋੜ ਜਦੋਂ ਇਦਾਂ ਦਾ ਸੀਨ ਬਣਿਆ ਹੋਵੇ ਇਹ ਸਵਾਲ ਬਹੁਤ ਗਹਿਰ ਗੰਭੀਰ ਹੈ ਪਰ ਮੈਂ ਜਦ ਇਤਿਹਾਸ ਤੇ ਨਜ਼ਰ ਮਾਰਦਾ ਬਾਬੇ ਨੇ ਕਿਹਾ ਭਾਵਨੀਆਂ ਕਹਾਣੀਆਂ ਪੁੱਤ-ਸਬੁੱਤ ਕਰੇਨਾ ਤਾਂ ਮੈਨੂੰ ਲੱਗਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਦਾ ਸਮਾਂ ਸੀ ਉਹ ਇਦੋਂ ਵੀ ਪ੍ਰੇਮਿਕ ਸੀ ਉਦੋਂ ਉਹਨਾਂ ਨੇ ਇੱਕ ਲਹਿਰ ਚਲਾਈ ਪਰ ਉਹ ਲਹਿਰ ਦੇ ਵਿੱਚ ਉਹਨਾਂ ਨੇ ਕਿਸੇ ਦਾ ਕੋਈ ਵਿਹਾਜ ਨਹੀਂ ਕਰਿਆ ਘਾਂ-ਘਾਂ ਤੇ ਜਾ ਕੇ ਚਰਚਾ ਕੀਤੀ ਵੱਡੇ-ਵੱਡੇ ਵਿਰੋਧੀਆਂ ਨਾਲ ਚਰਚਾ ਕੀਤੀ ਬੜੇ ਦਲੇਰ ਨਾਲ ਗੱਲ ਕੀਤੀ ਡਾਂਗ ਨਹੀਂ ਫੇਰੀ ਇਹ ਇਥੋਂ ਤੱਕ ਕਿ ਆਪਦੇ ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ ਕਿਉਂਕਿ ਸਾਬਤ ਬੰਦੇ ਨੂੰ ਦੇਣਾ ਸੀ ਅੱਜ ਸਿੱਖੀ ਆਪਾਂ ਨੂੰ ਪਤਾ ਕਿਸ ਲੈਵਲ ਤੇ ਪਹੁੰਚੀ ਹੋਈ ਹੈ ਚਾਹੇ ਜੋ ਮਰਜੀ ਕਹੇ ਕੋਈ ਔਰ ਕਿੰਨੀਆਂ ਦੁਨੀਆ 'ਚ ਕੁਰਬਾਨੀਆਂ ਕਰੀਆਂ ਨੇ ਕਿੰਨਾ ਅੱਗੇ ਵਧੀ ਹੈ ਇਹ ਤਾਂ ਕੋਈ ਸ਼ੱਕ ਨਹੀਂ ਹੈ ਹੈ ਤਾਂ ਉਹੀ ਬੰਦੇ ਨਾਲ ਉਹੀ ਬੰਦੇ ਵਿੱਚੇ ਵੀ ਜਾਂਦੇ ਨੇ ਤੁਸੀਂ ਇਹ ਗੱਲ ਕੋਈ ਅਤਕੱਤ ਨਹੀਂ ਨਹੀਂ ਹੈ ਤੁਹਾਨੂੰ ਸਿੱਖ ਮੰਗ ਚ ਨਹੀਂ ਮਿਲਣਗੇ ਤੇ ਤੁਹਾਨੂੰ ਸਿੱਖ ਦਾਨ ਕਰਦੇ ਜਾਂਦਾ ਦੇ ਦਿੰਦੇ ਮੈਨੂੰ ਇੱਕ ਵਾਰੀ ਕਿਸੇ ਤারে ਸਾਰ ਨਹੀਂ ਕਿਹਾ ਕਿ ਹਿੰਦੂ ਬਹੁਤ ਦਾਨ ਕਰਦੇ ਨੇ ਮੈਂ ਤੁਸੀਂ ਕਦੇ ਦੇਖਿਆ ਨਹੀਂ ਵੀ ਸਿੱਖ ਇੰਨਾ ਦਾਨ ਕਰਦੇ ਨੇ ਇਸ ਕਰਕੇ ਤੁਹਾਨੂੰ ਲੱਗਦਾ ਵੀ ਹਿੰਦੂ ਬਹੁਤ ਦਾਨ ਕਰਦੇ ਆਂ ਅਗਲੀ ਗੱਲ ਵੀ ਹਿੰਦੂਆਂ ਦਾ ਦਾਨ ਤਾਂ ਕਿਸੇ ਇੱਕ ਪੰਡਤ ਦੇ ਕੋਲ ਜਾਂਦਾ ਹੈ ਸਿੱਖਾਂ ਦਾ ਦਾਨ ਤਾਂ ਸੰਗਤ ਸੀ ਲੱਗਦਾ ਮੜ ਕੇ ਸਿੱਖ ਕਰਕੇ ਉਹ ਦੂਆ ਦੂਜਾ ਮੈਂ ਜਮਾਨੇ ਦੀ ਜਗਤ ਕਰਾਂ ਉਸ ਤੋਂ ਬਾਅਦ ਜਦ ਇਹੀ ਹਾਲਤ ਸੀਗੀ ਗੁਰਦਵਾਰਾ ਸੁਧਾਰ ਦਾ ਹਲ ਸ਼ੁਰੂ ਹੋਈ ਉਦੋਂ ਵੀ ਹਾਲਤ ਬਹੁਤ ਮਾੜੀ ਸੀ ਹੋਸਟੋਂ ਪਹਿਲਾਂ ਸਿੰਘ ਸਵਾਲ ਹੈ ਸ਼ੁਰੂ ਹੋਈ 773 ਆਤਮਾ ਤੁਹਾਡੇ ਜੀ ਉਹ ਦੋਈ ਇਸ ਤੋਂ ਅੱਗੇ ਜੇ ਨਾ ਜਾਵਾਂ ਦੇਸ਼ ਦੀ ਜਨਤੀ ਦੀ ਤਹਿਰ ਜਿਹੜੀ 1920 ਤੋਂ ਬਾਅਦ ਹੀ ਜ਼ਿਆਦਾ ਜ਼ੋਰ ਫੜਿਆ ਉਹ ਜਿਹੜੀ ਆਜ਼ਾਦੀ ਦੀ ਲਹਿਰ ਸੀ ਉਹਦੇ ਚ ਲੋਕ ਇਕੱਠੇ ਹੋਏ ਉਹੀ ਜਿਹੜਾ ਕਲਮ ਕਾਂਡ ਤੁਸੀਂ ਉਹ ਫੇਜ਼ ਨਹੀਂ ਦੇਖਿਆ ਜਦ ਅਸੀਂ ਛੋਟੇ ਛੋਟੇ ਜਵਾਨ ਸੀ ਪਤਾ ਕੀ ਕਹਿੰਦੇ ਸਾਹ ਨਹੀਂ ਜੀ ਇਹ ਤਾਂ ਸਾਹਣਾ ਹੈ ਜਿੰਨੇ ਪਗ ਮੈਂ ਕੱਪੜੇ ਪਾਏ ਹੁੰਦੇ ਲੋਗ ਉਹਨੂੰ ਕੋਈ ਬਹੁਤੀ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਦੇ ਸੀ ਇਹ ਤਾਂ ਉਹੀ ਸੀ ਲੋਗ ਤੇਰੇ ਵੀ ਲਗਾਉਂਦੇ ਸੀ ਇਹੋ ਜੀ ਗੱਲ ਨਹੀਂ ਆ ਵੀ ਤੇਰੇ ਨਹੀਂ ਲਗਾਉਂਦੇ ਸੀ ਲੋਗ ਚਾਰ ਵੀ ਬਣਾਉਂਦੇ ਸੀ ਵਾਰੀ ਗਤੀਵਧਿਕਾ ਮੰਨਦੀ ਸੀ ਦਸਹਰਾ ਮਨਾਉਂਦੇ ਸੀ ਢੋਲੇ ਮਨਾਉਂਦੇ ਸੀ ਹੋਲੀ ਮਨਾਉਂਦੇ ਸੀ ਇਹੋ ਜੀ ਕੋਈ ਗੱਲ ਨਹੀਂ ਪਰ ਲੋਗ ਵਿਗਿਆਨਕ ਸੋਚ ਦੇ ਧਾਰਨੀ ਬਣ ਰਹੇ ਸੀ ਜਿਹਦੇ ਕਰਕੇ ਵਿਗਿਆਨ ਅੱਗੇ ਵਧੀ ਜੀ ਦੇ ਕਰਕੇ ਡੇ ਡੇ ਅਸੀਂ ਵਿਗਿਆਨ ਦੇ ਵਿੱਚ ਮੰਡਾ ਵਾਰੀਆਂ ਅਚੰਦਰ ਜਾਨ ਦੀ ਤੁਸੀਂ ਗੱਲ ਕਰਕੇ ਹਟਿਆ ਹੋ ਇਹ ਚੰਦਰ ਜਾਨ ਉਹੀ ਵਿਗਿਆਨ ਚੋਂ ਨਿਕਲੇ ਆ ਤਾਰਾ ਬਾਈ ਸੀਗੇ ਸਾਰਾ ਬਾਈ ਨਾ ਵਿਕਰਮ ਸਾਰਾ ਬਾਈ ਨਹੀਂ ਕਮਾਲ ਕਰੀ ਵਿਗਿਆਨ ਦੇ ਵਿੱਚ ਇਹ ਇਹ ਸੀਗੇ ਡੀ ਐਸ ਕੋਠਾਰੀ ਜਿਹਨਾਂ ਕੋਠਾਰੀ ਕਮਿਸ਼ਨ ਕਹੀ ਆ ਸੀ ਖਾਲੇ ਕਹਿੰਦੇ ਨੇ ਇਹਨੂੰ ਪਤਾ ਨਹੀਂ ਉਹ ਸਾਇੰਟਿਸਟ ਸੀਗੇ ਐਕਚੁਅਲੀ ਤੇ ਇਹ ਬਹੁਤ ਵੱਡੇ ਵੱਡੇ ਵਿਦਵਾਨ ਹੋਏ ਜਿਨ੍ਹਾਂ ਨੇ ਕਰਿਆ ਤੇ ਉਹ ਉਸੇ ਪੁਨੇ ਟਾਮਨ ਜੰਤਰ ਮੰਤਰ ਦੇ ਵਿੱਚੋਂ ਨਿਕਲ ਕੇ ਅਰ ਆਰਐਸਐਸ ਪੂਰਾ ਉਹਦਾ ਨੁਦ ਕਰਦਾ ਸੀ ਅਸੀਂ ਅੱਜ ਉਲਟੇ ਪਾਸੇ ਨੂੰ ਜਾ ਰਹੇ ਹਾਂ ਅੱਜ ਜੇਤਾ ਸੀ ਆਰਐਸਐਸ ਦੇ ਫਾਰਮੂਲੇ ਨਾਲ ਹੀ ਵੀ ਉਹੀ ਮਨੁਸਿਮਿਤੀ ਦੇ ਨਾਲ ਕਾਊਂਟਰ ਕਰਨਾ ਚਾਹੁੰਦਾ ਫਿਰ ਤੋਂ ਅਸੀਂ ਵਰਨੀ ਅੱਜ ਡੋੜਾ ਇੱਕ ਨਵੀਂ ਲਹਿਰ ਦੀ ਉੱਠੇਗੀ ਉਹ ਕਿਉਂਕਿ ਮਜਬੂਰੀ ਹੈ ਉੱਠੇ ਤੋਂ ਬੰਨਾ ਸਰੇਗਾ ਵੀ ਨਹੀਂ ਕਿੰਪੂਜੀ ਚੱਲ ਗਈ ਗੋਧਿਆਲੀ ਦਿੱਤੀ ਸੰਸਥਾ ਹੋਈ ਹੀ ਨਹੀਂ ਪਿਛਲੀ ਵਾਰੀ ਹੋਇਆ ਕਿ ਦੇਸ਼ ਦੇ ਵਿੱਚ ਜਨਸੰਖਿਆ ਸਵਾਰੀ ਨਹੀਂ ਕਰਾਈ। ਪਰ ਉਹਨਾਂ ਦਾ ਬਹਨਾਂ ਲਾ ਲਿਆ। ਪਰ ਉਹਨਾਂ ਤੋਂ ਖਤਮਾਂ ਨੂੰ ਕਿੰਨਾ ਚਿਰ ਹੋ ਗਿਆ? ਜਨਸੰਖਿਆ ਸਵਾਰੀ ਫੇਰ ਵੀ ਨਹੀਂ ਕਰਾਈ। ਕਿਉਂਕਿ ਅੰਕੜੇ ਤੋਂ ਡਰਦੇ ਨੇ। ਅੰਕੜੇ ਲੋਕਾਂ ਦੇ ਸਾਹਮਣੇ ਕਿਹੋ ਜਿਹੇ ਆ ਜਾਂਦੇ ਨੇ। ਦੱਸੋ ਹੀ ਨਾ, ਪਤਾ ਇਹਨਾਂ ਲੱਗਨ ਦਿਓ। ਉਹ ਮੁਲਕ ਜਿਹੜਾ ਜਨਸੰਖਿਆ ਸਵਾਰੀ ਨਾ ਕਰਾ ਸਕਿਆ ਹੋਵੇ ਮੈਂ ਹੁਣ ਇੱਥੇ ਉਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਕਿਉਂਕਿ ਆਪਣਾ ਵਿਸ਼ਾ ਨਹੀਂ ਹੈ। ਪਰ ਜਿਹੜਾ ਤੁਸੀਂ ਕਹਿੰਦੇ ਤੁਸੀਂ ਇਹ ਕਹਿਦੇ ਵਿੱਚ 80 ਕਰੋੜਾ ਤੁਸੀਂ ਦੇਖੋ ਕਿਹੋ ਜਿਹਾ ਮੁਲਕ ਬਣਾਤਾ ਸੀ 80 ਕਰੋੜ ਦਾ ਨਾਲ ਦੇਣਾ ਪੈ ਰਿਹਾ ਇਦਾਂ ਮਦੋਂ ਨਾ ਰੋਟੀ ਰੋਟੀ ਖਾਂਣ ਦੇਣਾ ਪੈ ਸੀ ਨਹੀਂ ਉਹਨਾਂ ਕੋਲੇ ਇਹ ਮੁਲਕ ਹੈ ਇਸ ਮੁਲਕ ਦੇ ਜੰਗਲ ਇਸ ਮੁਲਕ ਦੇ ਪਹਾੜ ਇਸ ਮੁਲਕ ਦੇ ਸਮੁੰਦਰ ਇਸ ਮੁਲਕ ਦੀਆਂ ਖਾਨਾਂ ਖਣਜੀਰ ਥੱਲੇ ਇਸ ਮੁਲਕ ਦੀ ਧਰਤੀ ਇਸ ਮੁਲਕ ਦਾ ਅੰਤਰਿਕਸ਼ ਇਹ ਸਭ ਦਾ ਸਾਂਝਾ ਹੈ ਤੇ ਉਹਨਾਂ 140 ਕਰੋੜ ਦਾ ਸਾਂਝਾ ਹੈ ਇਹ ਕਿਸੇ ਮਾਨੀਡਾਨੀ ਦੀ ਜਲਖਰੀਦ ਨਹੀਂ ਹੈ ਇਸੇ ਕਰਕੇ ਅਸੀਂ ਬਚਪਨ ਚ ਇੱਕ ਗੀਤ ਗਾਉਂਦੇ ਹੁੰਦੇ ਆਸਾ ਤੋੜਦੇ ਨਹੀਂ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਹੈ ਪਿਆਰਾ ਸਾਨੂੰ ਦੇਸ਼ ਨਾਲੋਂ ਪਿਆਰੀ ਜ਼ਿੰਦਗੀ ਹੁਣ ਇੱਕ ਫਰਕ ਕਿੱਥੇ ਪਤਾ ਇਹਨਾਂ ਨੇ ਅਸੀਂ ਕਹਿੰਦੇ ਸੀ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਹੈ ਪਿਆਰਾ ਸਾਨੂੰ ਦੇਸ਼ ਨਾਲੋਂ ਪਿਆਰੇ ਇਹਦੇ ਲੋਕ ਵੀ ਨੇ ਦੇਸ਼ ਨਾਲੋਂ ਵੀ ਪਿਆਰੇ ਨੇ ਲੋਕ ਕਿਉਂਕਿ ਦੇਸ਼ ਬਣੂਗਾ ਹੀ ਤਾਂ ਕਿ ਲੋਕ ਚੰਗੇ ਨੇ ਦੇਸ਼ ਨਾਲੋਂ ਪਿਆਰੀ ਇਹਦੀ ਲੋਕ ਵੀਰਨਾ ਅਸਾ ਤੋੜ ਦੇਣੀ ਤੋੜ ਦੇਣੀ ਰੱਤ ਪੀਣੀ ਜੋਕ ਵੀਰਨਾ ਇਹ ਰੱਤ ਪੀਣੀ ਜੋਕ ਹੈ ਜਿਹੜੀ ਅਸੀਂ ਕਰੋੜਾਂ ਨੂੰ ਭੁੱਖਾ ਰੱਖ ਰਹੀ ਹੈ ਜਿਹੜੀ ਸਾਡੇ ਸਾਰੇ ਜਾਇਦਾਦ ਸਭ ਕੁਝ ਖੋ ਕੇ ਕੁਝ ਮੁੱਠੀ ਭਰ ਹੱਥਾਂ ਚ ਮਾਨੀਆਂ ਦਾਨੀਆਂ ਦੇ ਹੱਥਾਂ ਚ ਦੇ ਰਹੀ ਹੈ ਇਹ ਜੋਕ ਹੈ ਇਹ ਜੋਕਾਂ ਦੀ ਮਦਦ ਕਰ ਰਹੇ ਨੇ ਇਹ ਜੋਖ ਤੋੜਨ ਵਾਸਤੇ ਇੱਕ ਸਿਆਸੀ ਪਾਰਟੀ ਜਾਂ ਇੱਕ ਵਿਅਕਤੀ ਜਿਹੜਾ ਅੱਜ ਲੰਮੇ ਜਾ ਰਿਹਾ ਹੈ ਹੀਰੋਇਜ਼ਮ ਨਹੀਂ नायक ਵਰਛੇ ਪਦनायक ਪੂਜਾ ਚਲੇ ਗਏ ਨਾਇਕ ਫਿਗਮਤ ਤਾਂ ਹੁੰਦੇ ਨੇ ਨਾਇਕ ਖੇਡਾਂ ਚ ਵੀ ਹੁੰਦੇ ਨੇ ਨਾਇਕ ਜਨਤਾ ਦੇ ਨਾਇਕ ਜਿਹੜੇ ਹੁੰਦੇ ਨੇ ਉਹ ਜਨਤਾ ਨੂੰ ਸੁਧਾਰਨ ਜਨਤਾ ਦੀ ਨਹਿਰ ਦੇ ਨਾਲ ਹੁੰਦੇ ਨੇ ਔਰ ਇਹ ਸਾਨੂੰ ਪੰਜਾਬ ਚ ਸਾਡੇ ਗੁਰੂ ਸਾਹਿਬ ਸਮਝਾ ਗਏ ਇਨਹੀ ਕੀ ਕਿਰਪਾ ਸੇ ਸਜੇ ਹੈ ਹਮ ਨਹੀਂ ਤਾਂ ਮੋਸੋ ਗਰੀਬ ਕਰੋੜ ਪਰੇ ਸੋ ਜਨਤਾ ਦੀ ਇੱਕ ਨਹਿਰ ਬੋੜਾ ਕੋ ਨਾ ਹਮੇਸ਼ਾ ਹੀ ਉੱਠਿਆ ਦੁਨੀਆ ਸਭ ਕੁਝ ਨੇ ਡੈਰ ਕਰੀ ਅਬਰਾਹਮ ਨੇ ਕੰਟੀਨਿਊ ਅਮਰੀਕਾ ਨੂੰ ਸੀ ਇਹਨਾਂ ਕਹਣਾ ਉਹ ਸਿਰੇ ਤਾਂ ਲਹਿਰ ਉੱਠੀ ਤਾਂ ਹੀ ਉੱਥੇ ਗੁਲਾਮੀ ਉੱਤੇ ਦਾ ਬੰਦਿਆਂ ਨੂੰ ਪਛੋਂਦੀ ਤਰ੍ਹਾਂ ਵੇਚਦੇ ਸੀ 19ਵੀਂ ਸਦੀ ਚ ਉਹ ਲਹਿਰ ਉੱਠੀ ਕਾਹਨੋਂ ਕਰਿਆ ਤੇ ਦੁਨੀਆ ਦੇ ਵਿੱਚ ਡੈਰਾ ਆਫਰੀਕਨ ਮੁਲਕਾਂ ਚ ਬਹੁਤ ਸਾਰੀਆਂ ਡੈਰਾ ਉੱਠੀਆਂ ਨੇ ਰੱਖਣੀ ਅਮਰੀਕਾ ਦੇ ਮੁਲਕਾਂ ਚ ਡੈਰਾ ਉੱਠੀਆਂ ਨੇ ਆ ਜਿਹੜਾ ਯਾਸਰ ਆ ਰਫਤ ਹੋਣ ਦੀ ਸੀ ਉਹ ਕਿੱਡੀ ਵੱਡੀ ਲਹਿਰ ਸੀਗੀ ਸੋ ਇਹ ਜਿਹੜਾ ਹੈਗਾ ਨੈਸ਼ਨਲ ਮਨਰੀਡਨ ਦੀ ਕਿੱਡੀ ਵੱਡੀ ਲਹਿਰ ਸੀਗੀ ਸੋ ਲਹਿਰਾਂ ਉੱਠਦੀਆਂ ਨੇ ਉਹ ਜਿਹੜੀ ਅੰਧੇਰਾ ਹੁੰਦੀਆਂ ਨੇ ਉਹ ਬਦਲਾ ਲੈਂਦੀਆਂ ਨੇ ਇੱਕ ਲਾਈਨ ਕਹਿ ਕੇ ਮੈਂ ਆਪਣੀ ਗੱਲ ਖਤਮ ਕਰਾਂਗਾ ਮੇਰਾ ਟਾਈਮਲੀ ਬਹੁਤ ਹੋ ਗਿਆ ਇੱਕ ਰਾਜੇ ਦਾ ਸ਼ਬਦ ਮੈਂ ਪਹਿਲਾਂ ਵੀ ਸੁਣਾਈ ਹੋਵੇ ਸਟੱਵਲ ਸੀ ਬਹੁਤ ਹੀ ਗੰਦਾ ਹੋਣਾ ਉਸ ਗੰਦੇ ਸਟੱਵਲ ਨੂੰ ਜਿਵੇਂ ਇੱਥੇ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਵੀ ਤਾਂ ਪੰਡਤ ਹੀ ਨੇ ਨਾ ਸਮਝ ਦੇ ਵੀ ਅਸੀਂ ਠੀਕ ਕਰਾਂਗੇ ਉਥੇ ਜਿਹੜਾ ਕੋਈ ਆਵੇ ਉਹ ਕਹੇ ਐਂ ਕਰ ਲੋ ਕੋਈ ਕਹੇ ਐਂ ਕਰ ਲੋ ਰਾਜ ਆਉਦੀ ਮੰਨੀ ਜਾਵੇ ਹੋਵੇ ਕੁਛ ਨਾ ਕਹਿੰਦੇ ਜਿਉਂ-ਜਿਉਂ ਦਵਾਈ ਤੇ ਉਹ ਤੋਂ ਮਰਜ਼ ਬਣਦਾ ਗਿਆ ਕਿਸੇ ਨੇ ਰੋਕ ਦੇਖਿਆ ਹੀ ਨਹੀਂ ਪ੍ਰੋਪਰ ਨਾ ਉਹਦਾ ਹੱਲ ਲੰਬਿਆ ਤੇ ਫਿਰ ਕੋਈ ਆਇਆ ਸਧਾਰਨ ਬੰਦਾ ਉਹ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ ਸਾਧਾਰੂ ਲੋੜ ਹੁੰਦਾ ਹੈ ਜਿਤ ਵੰਜੇ ਰੋਗਾ ਕਾ ਨੂੰ ਲਖਿਆ ਸਾਰਾ ਰੋਗ ਇੱਥੇ ਹੀ ਖਤਮ ਕਰਨਾ ਪਊ ਉਹਨੇ ਨਾજર ਮਾਰਿਆ ਆ ਰੋਗ ਮੁਝ ਜਾ ਤੇ ਤਾਂ ਹੱਲ ਵਜ ਗਿਆ ਮਨਿਕਰੀ ਤਾਂ ਬਹੁਤ ਜ਼ਿਆਦਾ ਹੈ ਚੱਕਿਆ ਤਾਂ ਜਾਣੀ ਸਕਦਾ ਪਰ ਉਹਨੇ ਲੇਹਰ ਚੱਲਦੀ ਰਾਜ ਨੂੰ ਕਹਿੰਦਾ ਜੀ ਇੱਕ ਹਫਤਾ ਅਸਤਮਨ ਖਾਲੀ ਕਰਨਾ ਪਊਗਾ ਬੋਲੋ ਮਨਜੂਰ ਹੈ ਹਨਾ ਕਹਿੰਦਾ ਮੈਂ ਜੋ ਮਰਜ਼ੀ ਕਰਾਇਨ ਨੂੰ ਸਾਫ਼ ਕਰਨ ਵਾਸਤੇ ਮਨਜ਼ੂਰ ਹੈ ਕਹਿੰਦਾ ਹਾਂ ਕੋਈ ਰੋਕ ਨਹੀਂ ਹੋਏਗੀ ਕਾਨੂੰਨੀ ਕਹਿੰਦਾ ਨਹੀਂ ਉਹਨੇ ਉਹ ਜਿਹੜੀ ਨਹਿਰ ਵਰਦੀ ਸੀ ਉਹ ਜਿਹੜਾ ਸਟਮਨਸ ਹੀ ਖਾਦੀ ਕਰਾਇਆ ਉਹਦੇ ਕੰਬੀ ਜੀ ਸਾਹੀ ਟਾਤੀ ਤੇ ਨਹਿਰ ਦਾ ਰੋਖ ਉਧਰ ਕਰਤਾ ਸਾਲ ਉਹ ਨਹਿਰਾਂ ਤੋਂ ਠਾਜ਼ੀ ਮੇਂ ਭਾਗੜਾ ਦਾ ਵੇ ਕਿਦੋਂ ਦੀ ਗੰਦਮਨ ਰੋੜ ਕੇ ਨਹੀਂ ਜਾਊਗੀ ਆਪਾਂ ਦੇਖਦੇ ਹਾਂ ਜਦ ਮੀਂਹ ਪੈਂਦੇ ਨੇ ਉਦੋਂ ਬਾਅਦ ਪਾਪੋ ਜੰਦਾ ਪਾਣੀ ਪੈਂਦਾ ਸਾਰਾ ਗੰਦਮਨ ਰੋੜ ਕੇ ਲੈ ਜਾਂਦਾ ਉਹਨੇ ਉਹਦੇ ਨਾਲ ਕਰਤਾ ਹਫ਼ਤੇ ਚੋਂ ਸਾਫ਼ ਹੋ ਗਿਆ ਮੁੜ ਕੇ ੱੱਲੇ ਬੱਲੇ ਤੋ ਸਾਨੂੰ ਉਸ ਤਰ੍ਹਾਂ ਦੀ ਲਹਿਰ ਅੱਜ ਦੇਖਣੀ ਆ ਉਹ ਨਹਿਰ ਹੈ ਲੋਕਾਂ ਦੀ ਉਹ ਲਹਿਰ ਹੈ ਜਿਹੜੀ ਇਹ ਇਸਤਮਰ ਦੇ ਗੰਦ ਨੂੰ ਸਾਫ਼ ਕਰੇਗੀ ਇਹਨੂੰ ਇੱਕ ਇੱਕ ਪੋਲੀਟਿਕਲ ਪਾਰਟੀ ਇੱਕ ਇੱਕ ਵਿਅਕਤੀ ਇੱਕ ਇੱਕ ਕੋਈ ਸਿਆਣਾ ਵਿਦਵਾਨ ਇਹਨੂੰ ਨਹੀਂ ਕਰ ਸਕਦਾ ਤੋ ਇਸ ਕਰਕੇ ਆਵਾਪਾ ਦੇਖੀਏ ਇਹਦੇ ਵਿੱਚ ਆਏਗਾ ਹੋਏ ਇਕੱਤਰ ਮਿਲੋ ਮੇਰੇ ਭਾਨੀ ਦੂਤਾ ਦੂਰ ਕਰੋ ਦੇਵਲਾਈ ਹਰ ਨਾਮ ਨੇ ਕਿ ਤੂੰ ਹੋ ਬੋ ਜੋੜੀ ਗੁਰਮਖਵੈ ਸੋ ਸਫਾ ਬਿਚਾ ਕੱਠੇ ਹੋਵੋ ਕੱਠੇ ਹੋ ਕੇ ਡੱਟ ਕੇ ਖੜੇ ਹੋ ਜਾਓ ਇਹ ਮੁਲਕ ਬਚੇਗਾ ਇਹ ਮੁਲਕ ਸਾਡਾ ਹੈ ਇਹ ਕਿਸੇ ਅਮਾਨੀ ਦਾ ਨਹੀਂ ਦਾ ਨਹੀਂ ਇਹ ਕਿਸੇ ਇੱਕ ਸਿਆਸੀ ਲੀਡਰ ਦਾ ਨਹੀਂ ਇਹ ਸਾਡਾ ਮੁਲਕ ਹੈ ਅਸੀਂ ਹੀ ਇਹਨੂੰ ਬਚਾਣਾ ਹੈ ਕਿ ਅਸੀਂ ਹੀ ਇਹਦੇ ਜਿਹੜੇ ਸਰੋਤ ਨੇ ਉਹਨਾਂ ਦੇ ਮਾਲਕ ਸ਼ੁਕਰੀਆ ਗੱਟ ਸਭ ਤਾਂ ਮਤਵੋਦਰ